ਮੈਂ ਸਤਿ ਆਬਨੂਪ ਕਰਪਾਲ ਦੇ ਚਰਨਾਂ ਵਿੱਚ ਨਿਮਸ਼ਕਾਰ ਕਰਦਾ ਹਾਂ ਜਿਨ੍ਹਾਂ ਨੇ ਇਸ ਗਰੀਬ ਆਤਮਤੈ ਰਹਿਮ ਖਾਦਾ ਆਪ ਦੀ ਯਾਦ ਵਿੱਚ ਬੈਠਣ ਦਾ ਮੌਕਾ ਦਿੱਤਾ ਇਹ ਉਸੇ ਦੀ ਹੀ ਦਿਆ ਹੈ ਗੁਰੂ ਨਾਨਕ ਨੇ ਕਿਹਾ ਜਿਸ ਆਪ ਪਲਾਵੇਂ ਸੋਈ ਭੂਲੇ ਸੋ ਬੁਝਾ ਜੋ ਜਿਸੇ ਗੁਜਾਇੰਦਾ ਜੀਨੂ ਉਪਲਾਵੇਂ ਉਹ ਸੋਝ ਵੀ ਨਹੀਂ ਸਕਦਾ ਕਿ ਸਿਸ ਸੰਗ ਜਾਈਏ ਜਾਂ ਨਾਮ ਲਈਏ ਜਾਂ ਨਾਮ ਦੀ ਕਮਾਈ ਕਰੀਏ ਜੀਤੇ ਤੇ ਰਹਿਮ ਕਰੇ ਦਇਆ ਕਰੇ ਉਸੇ ਦੀ ਅੰਦਰੋਂ ਚਾਬੀ ਮਰੋੜਦਾ ਹੈ ਸਭ ਤੋਂ ਪਹਿਲਾਂ ਉਸੇ ਨੂੰ ਸੰਸੰਗ ਅੰਦਰ ਲਿਆਉਂਦਾ ਹੈ ਸੋ ਤੁਹਾਡੇ ਅਗੇ ਗੁਰੂ ਅਮਰਦੇਵ ਜੀ ਮਹਾਰਾਜ ਦਾ ਸ਼ਬਦ ਛੋਟਾ ਜਿਹਾ ਰੱਖਿਆ ਜਾਂਦਾ ਹੈ ਆਪ ਬੜਾ ਬਖੂਬੇ ਦੇ ਨਾਲ ਸੰਤ ਮਤ ਨੂੰ ਹੋਲ ਕੇ ਦਸਦੇ ਹੈ ਵੈਸੇ ਤਾਂ ਇਹ ਸਵਾਲ ਹਰ ਸੰਤ ਦੇ ਅੱਗੇ ਆਉਂਦਾ ਹੈ ਮਹਾਰਾਜ ਕਿਰਪਾਲ ਨੂੰ ਵੀ ਪੁੱਛਦੇ ਰਹੇ ਬਹੁਤ ਸਾਰੇ ਲੋਕ ਆ ਕੇ ਕਿ ਜੀ ਉਹ ਮੰਦਿਰ ਕਿਹੜਾ ਹੈ ਜਿਹੜਾ ਤੁਸੀਂ ਬਣਾਇਆ ਹੈ ਤੋਂ ਮਹਾਰਾਜ ਜੀ ਕਹਿੰਦੇ ਹੁੰਦੇ ਉੱਪਰ ਸਮਾਨ ਹੈ نیچے ਤਰਤੀ ਹੈ ਸਾਰੀ ਦੁਨੀਆ ਹੀ ਮੰਦਰ ਹੈ ਉੱਥੇ ਮੇਰੇ ਪਾਸ ਵੀ ਬਹੁਤ ਸਾਰੇ ਪ੍ਰੇਮੀ ਆਉਂਦੇ ਹੈ ਕਈ ਕਰੋ ਇਹ ਧਾਰਨਾ ਧਾਰ ਕੇ ਸੰਗਤ ਤੋਂ ਬਗੈਰ ਵੀ ਆਉਂਦੇ ਹੈ ਅਗਰ ਕਿਸੇ ਦਾ ਕੋਈ ਰਿਸ਼ਤੇਦਾਰ ਬਾਹਰੋਂ ਅਮਰੀਕਾ ਜਾਂ ਕੈਨੇਡਾ ਤੋਂ ਜਾਂ ਕੁਵੈਤ ਵਗੈਰਾ ਤੋਂ ਆਇਆ ਹੋਵੇ ਵੀ ਚਲੋ ਅੱਜ ਆਪਾਂ ਇਸ ਨੂੰ ਉੱਥੇ 16 ਪੀਐਸ ਚ ਜੋ ਮੰਦਿਰ ਬਣਿਆ ਹੈ ਉਹ ਦਿਖਾ ਕੇ ਲਿਈਏ ਡੇਰਾ ਬਣਿਆ ਹੈ ਉਹ ਦਿਖਾਈਏ ਲੋਕਾਂ ਦੇ ਦਿਲਾਂ 'ਚ ਖਿਆਲ ਹੈ ਕਿ ਪੱਛਮ ਤੋਂ ਜਿਹੜੇ ਲੋਕ ਆਉਂਦੇ ਹੈ ਸ਼ਾਇਦ ਕੋਈ ਐਸਾ ਮੰਦਿਰ ਬਣਾਇਆ ਹੋਊ ਜਿਹੜਾ ਉਸ ਨੂੰ ਦੇਖਣ ਵਾਸਤੇ ਆਉਂਦੇ ਹੈ ਕਿਉਂਕਿ ਆਪਕੋ ਆਪਣੇ ਹਰ ਇੱਕ ਦੇ ਖਿਆਲ ਹੁੰਦੇ ਹੈ ਉਹਨਾਂ ਨੂੰ ਬੜੇ ਪਿਆਰ ਨਾਲ ਦੱਸੀਦਾ ਹੈ ਕਿ ਪਿਆਰਿਓ ਜਿੱਥੇ ਆਪਾਂ ਬੈਠੇ ਹੈ ਪਿਆ ਜਿੱਥੋਂ ਤੁਸੀਂ ਵੀ ਆਏ ਹੋ ਚੱਲ ਕੇ ਸਾਰੀ ਦੁਨੀਆ ਹੀ ਮੰਦਰ ਹੈ ਇਸੇ ਤਰ੍ਹਾਂ ਕੁਝ ਕਰਮ ਕਾਂਢੀ ਲੋਕ ਸਮਾਜਿਕ ਲੋਕ ਇਕੱਠੇ ਹੋ ਕੇ ਗੁਰੂ ਅਮਰਦੇਵ ਜੀ ਮਹਾਰਾਜ ਕੋਲੇ ਗਏ ਇਹ ਹੀ ਸਵਾਲ ਕੀਤੇ ਕਿ ਜੀ ਤੁਹਾਨੂੰ ਸਾਰੇ ਕਹਿੰਦੇ ਆ ਕਿ ਬੜੇ ਅੱਛੇ ਭਗਤ ਹੈ ਜੋ ਨਾ ਪਾਸ ਜਾਂਦਾ ਉਹਨਾਂ ਨੂੰ ਭਗਤੀ ਸਿਖਾਉਂਦੇ ਹੈ ਤੋ ਤੁਸੀਂ ਕਿਹੜਾ ਮੰਦਿਰ ਬਣਾਇਆ ਹੈ ਜਿੱਥੇ ਤੁਸੀਂ ਮੱਥਾ ਟੇਕਦੇ ਹੋ ਜਾਂ ਆਏ ਗਏ ਸੰਗਤ ਨੂੰ ਮੱਥਾ ਟਿਕਾਉਂਦੇ ਹੋ ਉਹ ਜਵਾਨਾ ਜਿਹੜਾ ਸੀਗਾ ਗੁਰੂ ਅਮਰਦੇਵ ਜੀ ਦਾ ਉਹ ਖਾਸ਼ ਉਦੋਂ ਜੋਗੀ ਲੋਕ ਬਹੁਤ ਹੀ ਜੋਗ ਸਾਧਨਾ ਕਰਦੇ ਸਨ ਜ਼ਿਆਦਾਤਰ ਉਹੀ ਲੋਕ ਆ ਕੇ ਕਹਿੰਦੇ ਸਨ ਕਿ ਜੀ ਤੁਸੀਂ ਕੋਈ ਯੋਗ ਨਹੀਂ ਕਰਦੇਗੇ ਕੋਈ ਮੰਦਿਰ ਨਹੀਂ ਪੂਜਦੇਗੇ ਤੋ ਇਸ ਤਾਂ ਨਾਸਤਿਕਾਂ ਵਾਲੇ ਖਿਆਲ ਕਰਦੇ ਹਾਂ ਤੋ ਗੁਰੂ ਸਾਹਿਬ ਉਹਨਾਂ ਨੂੰ ਬੜੇ ਪਿਆਰ ਨਾਲ ਜਵਾਬ ਦੇ ਕੇ ਸਮਝਾਉਂਦੇ ਹੈ ਗੌਰ ਨਾਲ ਸ਼ਬਦ ਸੁਣਨ ਵਾਲਾ ਹੈ ਦੱਸਦੇ ਹੈ ਕਿ ਦੇਖੋ ਪਿਆਰਿਓ ਇਹ ਸਰੀਰ ਸਾਡਾ ਮੰਦਰ ਹੈ ਦੇਹ ਵਜੂਦ ਸਾਡਾ ਮੰਦਰ ਹੈ ਇਸ ਵਿੱਚੋਂ ਪਰਮਾਤਮਾ ਹੈ ਇਸ ਦੇ ਅੰਦਰ ਦਾਖਲ ਹੋਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਐਸੇ ਮਹਾਤਮਾ ਦੇ ਚਰਨਾਂ ਵਿੱਚ ਜਾਣ ਦੀ ਜ਼ਰੂਰਤ ਪੈਂਦੀ ਹੈ ਜਿਨ੍ਹਾਂ ਇਸ ਮੰਦਰ ਦੇ ਅੰਦਰ ਵੜ ਕੇ ਉਸ ਪ੍ਰਮਾਤਮਾ ਦੀ ਖੋਜ ਕੀਤੀ ਹੋਵੇ ਜੋ ਸਾਡਾ ਸਫਰ ਹੈ ਉਹ ਪੈਰਾਂ ਦੇ ਤਲਾਂ ਤੋਂ ਸ਼ੁਰੂ ਹੋ ਕੇ ਸਿਰ ਦੀ ਚੋਟੀ ਤੇ ਜਾ ਕੇ ਮੁਕੰਮਲ ਹੋ ਜਾਂਦਾ ਹੈ ਇਸ ਦੀਆਂ ਦੋ ਮੰਜ਼ਲਾ ਹਨ ਇੱਕ ਅੱਖਾਂ ਤੱਕ ਹੈ ਇੱਕ ਅੱਖਾਂ ਤੋਂ ਉੱਪਰ ਹੈ 6 ਇਸ ਦੇ ਚੱਕਰ ਹਨ 6 ਚੱਕਰਾਂ ਵਿੱਚ ਨਾਮ ਨਹੀਂ ਬਲਕਿ ਜੋ ਇਹਨਾਂ ਚੱਕਰਾਂ ਦੇ ਇੰਤਜ਼ਾਮ ਕਰਦੇ ਹੈ ਦੇਵੀ ਦੇਵਤੇ ਉਹ ਹੀ ਇਹਨਾਂ ਤੇ ਰਾਜ ਕਰਦੇ ਹੈ ਯੋਗੀ ਲੋਕ ਸਭ ਤੋਂ ਪਹਿਲਾਂ ਮੂਲ ਚੱਕਰ ਤੋਂ ਹੀ ਆਪ ਦੇ ਸੇਵਕਾਂ ਨੂੰ ਅਭਿਆਸ ਸ਼ੁਰੂ ਕਰਾਉਂਦੇ ਹੈ ਇਹ ਪਿਛਲੇ ਜਵਾਨੇ ਸਨ ਜਾਂ ਲੋਕਾਂ ਦੀਆਂ ਅੱਛੀਆਂ ਸਿਹਤਾਂ ਸਨ ਅੱਛੀਆਂ ਉਮਰਾਂ ਸਨ ਕਰ ਸਕਦੇ ਸੀ ਅੱਜ ਤੱਕ ਸਾਨੂੰ ਪਤਾ ਹੈ ਕਿ ਇਹ ਨਾਤ ਇੰਨੀਆਂ ਉਮਰਾਂ ਹੀ ਹਨ ਨਾਇਕਨੀਆਂ ਸੇਤਾਂ ਹੀ ਹਨ ਤੋਂ ਸੰਤ ਮਹਾਤਮਾ ਮਾਲਕ ਦੇ ਪਿਆਰਿਆਂ ਨੇ ਇਹ ਜਿਹੜੇ ਥੱਕ ਜਾਣ ਾਕਾ ਦੇਣ ਵਾਲੇ ਸਾਧਨ ਸਨ ਬੜੇ ਹੀ ਕਠਨ ਤੋ ਕਬੀਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆ ਕੇ ਜੀਵਾਂ ਨੂੰ ਬੜਾ ਬਚਾਇਆ ਔਰ ਜਿੱਥੇ ਕਿ ਜੋਗੀ ਆਪਦੀਆਂ ਉਮਰਾਂ ਸਾਰਿਆਂ ਲਾਲ ਲਾ ਕੇ ਮਸਾਈ ਪਹੁੰਚਦੇ ਸਨ ਦੋਨਾਂ ਅੱਖਾਂ ਦੇ ਦਰਮਿਆਨ ਆਗੇ ਚੱਕਰ ਤੇ ਤੋਂ ਸੰਤਾ ਨੇ ਆ ਕੇ ਅਭਿਆਸ ਹੀ ਆਪਣਾ ਉਤੋਂ ਸ਼ੁਰੂ ਕਰਾਇਆ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਇੱਕ ਆਦਮੀ ਪਹਾੜ ਦੇ ਵਿੱਚ ਮੇ ਖੜਾ ਹੈ ਉਹਨੇ ਜਾਣਾ ਪਹਾੜ ਦੀ ਚੋਟੀ ਤੇ ਹੈ ਅਗਰ ਉਹ ਆਪਣਾ ਸਫ਼ਰ ਉੱਪਰ ਤੋਂ ਹੀ ਸ਼ੁਰੂ ਕਰੇ ਤਾਂ ਉਸ ਨੂੰ ਕਿੰਨਾ ਆਸਾਨ ਹੋਏਗਾ ਕਿੰਨਾ ਜਲਦੀ ਉਹ ਪਹੁੰਚ ਜਾਵੇਗਾ ਜੇ ਉਹ ਪਹਿਲਾਂ ਜ਼ਮੀਨ ਤੇ ਆਵੇ ਫਿਰ ਜ਼ਮੀਨ ਤੋਂ ਉੱਪਰ ਜਾਵੇ ਕਿੰਨਾ ਟਾਈਮ ਲੱਗੇਗਾ ਕਿੰਨਾ ਮੁਸ਼ਕਲ ਹੈ ਇਸੇ ਤਰ੍ਹਾਂ ਸਾਡੇ ਰੂਹ ਔਰ ਮਨ ਦੀ ਜੋ ਸੀਟ ਹੈ ਉਹ ਸਾਡੀ ਅੱਖਾਂ ਦੇ ਪਿੱਛੇ ਹੈ ਤੋਂ ਸੰਤ ਮਹਾਤਮਾ ਇਸ ਜਗ੍ਹਾ ਤੋਂ ਹੀ ਸਾਡਾ ਅਭਿਆਸ ਸ਼ੁਰੂ ਕਰਾਉਂਦੇ ਹੈ ਜੋ ਯੋਗੀ ਲੋਕਾਂ ਨੂੰ ਬੜੀ ਕਠਿਨ ਸਾਧਨਾ ਸਾਧ ਕੇ ਇੱਥੇ ਪਹੁੰਚੇ ਅੱਗੇ ਦਾ ਰਸਤਾ ਨਾ ਮਿਲਿਆ ਤਾਂ ਸੰਤ ਮਹਾਤਮਾ ਪਹਿਲੀ ਹੀ ਬੈਠ ਕੇ ਵਿੱਚ ਜੋਤ ਔਰ ਨਾਦ ਦਾ ਅਨੁਭਵ ਦਿੰਦੇ ਹੈ ਇਹ ਹੀ ਉਹਨਾਂ ਦੀ ਸਮਰੱਥਾ ਹੁੰਦੀ ਹੈ ਆਪੋ ਆਪਣੇ ਕਰਮਾਂ ਦੇ ਮੁਤਾਬਕ ਜੋ ਵੀ ਪ੍ਰੇਮੀ ਆਉਂਦੇ ਹੈ ਹਰ ਇੱਕ ਨੂੰ ਜੋਤ ਔਰ ਨਾਦ ਦਾ ਅਨੁਭਵ ਹੁੰਦਾ ਹੈ ਜਿਵੇਂ ਜਿਵੇਂ ਕੇਦਾ ਬਰਤਨ ਹੈ ਜਿਵੇਂ ਜਿਵੇਂ ਕੇਦਾ ਢਾਂਡਾ ਹੈ ਉਸ ਬਾਅਦ ਵਧਾਉਣਾ ਸੇਵਕ ਦਾ ਧਰਮ ਹੈ ਇਹਦੇ ਵਿੱਚ ਵੀ ਬੜਾਇਕ ਭੇਦ ਹੁੰਦਾ ਹੈ ਜਿਸ ਤਰ੍ਹਾਂ ਇੱਕ ਲੈਂਪ ਹੈ ਉਹਦੇ ਵਿੱਚ ਤੇਲ ਕਲਪੁਰ ਜੇ ਸਭ ਠੀਕ ਠਾਕ ਹੈ ਸਿਰਫ ਪੀਲੀ ਲਾਉਣ ਦੀ ਜ਼ਰੂਰਤ ਪੈਂਦੀ ਹੈ ਫੌਰਨ ਪ੍ਰਕਾਸ਼ ਹੋ ਜਾਂਦਾ ਹੈ ਇੱਕ ਜੇ ਲੈਂਪ ਤਿਆਰ ਨਹੀਂ ਨਾ ਉਹ ਦੇ ਵਿੱਚ ਬੱਤੀ ਹੈ ਨਾ ਤੇਲ ਹੈ ਨਾ ਉਹ ਦੇ ਵਿੱਚ ਚਿਮਨੀ ਪ੍ਰਕਾਸ਼ ਦੇਣ ਵਾਲੀ ਹੈ ਤਾਂ ਉਸ ਨੂੰ ਪ੍ਰਕਾਸ਼ ਲੈਣ ਵਾਸਤੇ ਕੁਝ ਟਾਈਮ ਲੱਗ ਜਾਂਦਾ ਹੈ ਇਸੇ ਤਰ੍ਹਾਂ ਜੋ ਸਿੱਖ ਤੜਫ ਲੈ ਕੇ ਆਉਂਦੇ ਹੈ ਪਹਿਲਾਂ ਹੀ ਭਾਂਡੇ ਬਣੇ ਹੁੰਦੇ ਹੈ ਉਹਨਾਂ ਦਾ ਮਹਾਤਮਾ ਦੇ ਪਾਸ ਆਉਣਾ ਇਸ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਖੁਸ਼ਕ ਬਰੂਦ ਨੂੰ ਆਪਾਂ ਅਗਨੀ ਦੇ ਨੇੜੇ ਕਰ ਦਈਏ ਬਾਕੀ ਅਸੀਂ ਆਇਸਤਾ ਐਸਤਾ ਜਿਵੇਂ ਜਿਵੇਂ ਸਾਨੂੰ ਸਤਸੰਗ ਦੀ ਤਪਸ਼ ਮਿਲਦੀ ਹੈ ਮਹਾਤਮਾ ਦੀ ਸੂਭਤ ਮਿਲਦੀ ਹੈ ਐਸਤਾ ਐਸਤਾ ਸਾਡੀ ਵੀ ਜਿਹੜੀ ਆਤਮਾ ਹੈ ਮਨ ਦੇ ਪੰਜੇ ਤੋਂ ਵਜਾਦ ਹੋ ਕੇ ਨੌ ਦੁਆਰੇ ਖਾਲੀ ਕਰਕੇ ਅੱਖਾਂ ਦੇ ਪਿੱਛੇ ਆ ਜਾਂਦੀ ਹੈ ਔਰ ਆਖਰ ਤ੍ਰੱਕੀ ਕਰ ਜਾਂਦੀ ਹੈ ਜਾਣਾ ਸਭ ਨੇ ਉੱਥੇ ਹੁੰਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਨ੍ਹਾਂ ਨੂੰ ਸੰਤ ਸਤਗੁਰੂ ਅਪਣਾ ਲੈਂਦੇ ਹੈ ਨਾਮ ਦਿੰਦੇ ਹੈ ਉਹ ਕਿਸੇ ਨੂੰ ਵੀ ਛੱਡਦੇ ਨਹੀਂ ਇਹੀ ਉਹਨਾਂ ਦਾ ਵਿਰਧ ਹੁੰਦਾ ਮੈਂ ਰਾਤ ਵੀ ਦੱਸਿਆ ਸੀ ਕਿ ਸੰਤ ਗਰੀਬ ਨਿਵਾਜ਼ ਹੁੰਦੇ ਹੈ ਲੇਕਿਨ ਬਹਾਦਰ ਕੌਣ ਹੈ ਸੂਰਮਾ ਕੌਣ ਹੈ ਜਿਹੜਾ ਉਹਨਾਂ ਦੇ ਜੀਵਨ ਕਾਲ ਵਿੱਚ ਹੀ ਪੂਰਨ ਹੋ ਜਾਵੇ ਉਹਨਾਂ ਦੀ ਖੁਸ਼ੀ ਪ੍ਰਾਪਤ ਕਰ ਲੈ ਜਦ ਦੁਨਿਆਵੀ ਪਿਤਾ ਦੇ ਟਾਈਮ ਵਿੱਚ ਵੀ ਕੋਈ ਬੇਟਾ ਆਪਣੇ ਪਾਉਂ ਪਰ ਖੜਾ ਹੋ ਜਾਵੇ ਆਪਣਾ ਬਿਜ਼ਨਸ ਖੁਦ ਚਲਾਉਣ ਲੱਗ ਜਾਵੇ ਤੇ ਤੈਨੂੰ ਕਿੰਨੀ ਖੁਸ਼ੀ ਹੁੰਦੀ ਹੈ ਕਿ ਮੇਰਾ ਬੇਟਾ ਆਪਣੇ ਪਾਉਂ ਪਰ ਖੜਾ ਹੋ ਗਿਆ ਹੈ ਮੈਨੂੰ ਇਹਦਾ ਕੋਈ ਫਿਕਰ ਨਹੀਂਗਾ। ਤੋਂ ਸੰਤ ਜਿਨ੍ਹਾਂ ਦੇ ਦਿਲ ਅੰਦਰ ਹਜ਼ਾਰਾਂ ਹੀ ਮਾਤਾ ਪਿਤਾ ਜੈਸਾ ਦਰਦ ਹੁੰਦਾ ਹੈ। ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਜਦ ਉਹਨਾਂ ਦਾ ਬੱਚਾ ਮਾਨ ਇੰਦਰੀਆਂ ਦੇ ਦੀ ਗੁਲਾਮੀ ਤੋਂ ਉਪਰ ਆ ਕੇ ਸ਼ਬਦ ਨਾਮ ਨੂੰ ਪ੍ਰਗਟ ਕਰ ਲੈਂਦਾ ਹੈ ਅੰਦਰ ਗੁਰੂ ਨੂੰ ਪ੍ਰਗਟ ਕਰ ਲੈਂਦਾ ਹੈ ਇਹ ਉਹ ਹੀ ਜਾਣਦੇ ਹੈ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ। ਮੈਂ ਆਪਣੀ ਜ਼ਿੰਦਗੀ ਦਾ ਵਾਕਿਆ ਦੱਸਦਾ ਹੁਣਾ ਹੈ ਕਿ ਇੱਕ ਦੁਨਿਆਵੀ ਟੀਚਰ ਨੂੰ ਵੀ ਇੰਤਹਾ ਖੁਸ਼ੀ ਹੁੰਦੀ ਹੈ ਜਦ ਅਸੀਂ ਨਸ਼ਹਿਰੇ ਦੇ ਵਿੱਚ ਵਾਇਰਲੈਸ ਆਪਰੇਟਿੰਗ ਦਾ ਇਮਤਿਹਾਨ ਦਿੱਤਾ ਉਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ ਤਾਂ ਇੱਕ ਅੰਗਰੇਜ਼ ਸਾਹਿਬ ਹੀ ਸਾਡਾ ਟੈਸਟ ਲੈਣ ਵਾਸਤੇ ਆਇਆ ਮੇਰੇ ਅچھے ਨੰਬਰ ਸਨ ਜਿੰਨੇ ਕੇ ਨੰਬਰ ਉਹਨਾਂ ਪੇਪਰਾਂ ਦੇ ਸਨ ਉਹ ਸਾਰੇ ਹੀ ਹਜੂਰ ਦੀ ਦਿਆਨਾਂ ਮੈਨੂੰ ਪ੍ਰਾਪਤ ਹੋਏ ਔਰ ਸਾਡਾ ਉਸਤਾਦ ਜਿਹੜਾ ਸੀਗਾ ਉਹ ਦੇਖਦਾ ਫਿਰਦਾ ਸੀ ਹਰ ਇੱਕ ਦੇ ਪੇਪਰਾਂ ਤੇ ਚੈੱਕ ਕਰਨ ਵਾਲਿਆਂ ਨੇ ਕਿ ਕੀ ਕੀ ਨੰਬਰ ਲਾਏ ਹੈ ਕਈ ਦਫਾ ਬੱਚਿਆਂ ਨੂੰ ਵੀ ਸਕੂਲਾਂ ਵਿੱਚ ਉਸਤਾਦ ਪਹਿਲਾਂ ਹੀ ਦੱਸ ਦਿੰਦੇ ਆ ਥੋੜੀ ਬਹੁਤੀ ਜਾਣਕਾਰੀ ਇਹੀ ਹਾਲਤ ਉਹਦੀ ਸੀ ਉਹ ਚ ਫੇਰੇ ਫਿਰਦਾ ਸੀ ਜਿਸ ਕੁਰਸੀ ਤੇ ਮੈਂ ਬੈਠਾ ਸੀਗਾ ਉਹ ਮੇਰੇ ਪਿਛਲੇ ਪਾਸੇ ਆ ਕੇ ਖੜ ਗਿਆ ਕਿ ਜਾਦੇ ਦਾ ਨਾਮ ਬੋਲਿਆ ਮੈਂ ਖੁਸ਼ੀ ਚ ਇਸ ਨੂੰ ਉੱਪਰ ਚੱਕੂਗਾ ਜਦ ਉਹ ਅੰਗਰੇਜ਼ ਸਾਹਿਬ ਨੇ ਮੇਰਾ ਨਾਮ ਬੋਲਿਆ ਕਿ ਇਤਨੇ ਨੰਬਰ ਹੈ ਇਸ ਨੂੰ ਦੋ ਤਨਖਾਹਾਂ ਆ ਨਾਮ ਦੀਆਂ ਦਿੱਤੀਆਂ ਜਾਂਦੀਆਂ ਹਨ ਮੈਂ ਜੇ ਕੰਨਾਂ ਨਾਲ ਸੁਣੀ ਰਿਹਾ ਸੀ ਮੇਰੇ ਉਸਤਾਦ ਨੇ ਬਗਲਾ ਚ ਹੱਥ ਪਾਇਆ ਤੋਂ ਮੈਨੂੰ ਉੱਪਰ ਕੁਰਸੀ ਤੇ ਖੜਾ ਕਰ ਦਿੱਤਾ ਤੁਸੀਂ ਦੇਖ ਲਓ ਕਿ ਦੁਨਿਆਵੀ ਟੀਚਰ ਦੇ ਦਿਲ ਵਿੱਚ ਅਗਰ ਇਤਨੀ ਖੁਸ਼ੀ ਹੈ ਤੋ ਪਿਆਰੇ ਗੁਰੂ ਦੇ ਦਿਲ ਵਿੱਚ ਕਿੰਨੀ ਖੁਸ਼ੀ ਹੋ ਸਕਦੀ ਹੈ ਉਹ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ ਜਦੋਂ ਸੇਵਕ ਉਸ ਦਾ ਪਾਸ ਹੋ ਜਾਂਦਾ ਹੈ ਗੁਰੂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਇਹੀ ਉਹ ਕੋਸ਼ਿਸ਼ ਕਰਦਾ ਹੈ ਕਿ ਮੇਰੇ ਜੀਵਨ ਕਾਲ ਵਿੱਚ ਹੀ ਮੇਰੇ ਪਿਆਰੇ ਬੱਚੇ ਮਾਨ ਅੰਦਰੀਆਂ ਦੇ ਘਾੜ ਤੋਂ ਉੱਪਰ ਆਉਣ ਇਹ ਮੇਰੇ ਜਾਣ ਦੇ ਪਿੱਛੋਂ ਕਿਤੇ ਘਬਰਾ ਨਾ ਜਾਣ ਔਰ ਕਿਤੇ ਇਹ ਗੁਮਰਾਣਾ ਨਾ ਹੋ ਜਾਣ ਔਰ ਨਾਸੰਤ ਸਾਨੂੰ ਇਹ ਕਹਿੰਦੇ ਆ ਕਿ ਅੱਜ ਦਾ ਕੰਮ ਕੱਲ ਤੇ ਛੱਡੋ ਜਾਂ ਤੁਸੀਂ ਇਹ ਆਸ ਲਾਓ ਕਿ ਅਸੀਂ ਇਸ ਜੀਵਨ ਤੋਂ ਬਾਅਦ ਸੱਚਖੰਡ ਜਾਵਾਂਗੇ ਉਹ ਕਹਿੰਦੇ ਨਹੀਂ ਪਿਆਰਿਓ ਇਹ ਤੁਹਾਡਾ ਮਨ ਤੁਹਾਡੇ ਨਾਲ ਧੋਖਾ ਕਰਦਾ ਹੈ ਜੋ ਅੱਜ ਅਨਪੜ ਹੈ ਉਹ ਅਗਲੀ ਦੁਨੀਆ 'ਚ ਵੀ ਜਾ ਕੇ ਅਨਪੜ ਹੀ ਰਹੇਗਾ ਉੱਥੇ ਕੌਣ ਉਸ ਨੂੰ ਬੀਏ ਜਾਂ ਐਮਏ ਦੀ ਡਿਗਰੀ ਭੇਜੇਗਾ ਜੋ ਜਿੰਦੇ ਜੀ ਮਹਾਤਮਾ ਹੈ ਉਹ ਮੋਹਾਂ ਪਿੱਛੋਂ ਵੀ ਮਹਾਤਮਾ ਹੈ ਤੋਂ ਸੰਤ ਕਹਿੰਦੇ ਆ ਜੋ ਕੁਝ ਕਰਨਾ ਸੋ ਅਭੀ ਕਰਨਾ ਅੱਗੇ ਦਾ ਨਾ ਭਰੋਸਾ ਤਰਨਾ ਉਹ ਬਹੁਤ ਲੋਕ ਭੁੱਲ ਵਿੱਚ ਹੈ ਜਿਹੜੇ ਅੱਜ ਦਾ ਕੰਮ ਕੱਲ ਤੇ ਛੱਡਦੇ ਹੈ ਕਿ ਅੱਜ ਭਜੈ ਨਹੀਂ ਚਲ ਕੱਲ ਨੂੰ ਕਰ ਲਾਂਗੇ ਜਾਂ ਸ਼ਾਮ ਨੂੰ ਕਰ ਲਾਂਗੇ ਉਹ ਪਿਆਰਿਓ ਉਹ ਮਨ ਤੁਹਾਡੇ ਪਾਸ ਹੀ ਹੈ ਉਹ ਕੱਲ ਨੂੰ ਵੀ ਤੁਹਾਡੇ ਪਾਸ ਰਹੇਗਾ ਸ਼ਾਮ ਨੂੰ ਵੀ ਹੋਏਗਾ ਜਿਹਨੇ ਤੁਹਾਨੂੰ ਹੁਣ ਸਲਾਹ ਦਿੱਤੀ ਹੈ ਉਹ ਸ਼ਾਮ ਨੂੰ ਵੀ ਤੁਹਾਨੂੰ ਸਲਾਹ ਦੇਵੇਗਾ ਮਹਾਰਾਜੀ ਮਿਸਾਲ ਦਿੰਦੇ ਹੁੰਦੇ ਸੀ ਇੱਕ ਮੁਸਲਮਾਨ ਫਕੀਰ ਸੀ ਉਸ ਨੂੰ ਮੰਨ ਨੇ ਭਜਨ ਵਿੱਚ ਰਸ ਨਾ ਆਉਣ ਦਿੱਤਾ ਉਹਨੇ 6 ਮਹੀਨੇ ਗਰਮ ਪਾਣੀ ਪੀਆ ਉਸ ਨੂੰ ਵੀ ਆਹ ਹੀ ਤੈਨੂੰ ਸਜ਼ਾ ਹੈ ਅਗਰ ਤੁਸੀਂ ਇੱਕ ਦਿਨ ਮਨ ਨੂੰ ਸਜ਼ਾ ਦੇऊं ਤੇ ਪਿਆਰਿਆ ਕੱਲ ਤਾਂ ਸਾਡਾ ਭਜਨ ਸੀ ਜਿਹੜਾ ਉਹ ਮੁਲਤਵੀ ਕਰਾ ਦਿੱਤਾ ਜਾਂ ਸਾਨੂੰ ਪਰੇਸ਼ਾਨੀ ਕੀਤੀ ਅੱਜ ਅਸੀਂ 2 ਘੰਟੇ ਲਾਵਾਂਗੇ ਤੁਸੀਂ ਬਿਲਕੁਲ ਪ੍ਰਤਿਆਕੇ ਦੇਖ ਸਕਦੇ ਹੋ ਤੁਹਾਡਾ ਮਨ ਦੇਵੀ ਐਸੀ ਸ਼ਰਾਰਤ ਨਹੀਂ ਕਰੇਗਾ ਸੋ ਗੁਰੂ ਸਾਹਿਬ ਪਿਆਰ ਨਾਲ ਦੱਸਦੇ ਆ ਕਿ ਸਾਡਾ ਜੋ ਸਫਰ ਹੈ ਉਹ ਪੈਰਾਂ ਦੇ ਤਲਿਆਂ ਤੋਂ ਸ਼ੁਰੂ ਹੋ ਕੇ ਸਿਰ ਦੀ ਚੋਟੀ ਤੇ ਆਉਂਦਾ ਹੈ ਇੱਕ ਅੱਖਾਂ ਤੱਕ ਹੈ ਕਿ ਅੱਖਾਂ ਤੋਂ ਉੱਪਰਲਾ ਭਾਗ ਹੈ ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਇਹ ਉਹ ਸਾਡਾ ਸ਼ਰੀਰ ਹੈ ਇਹ ਮੰਦਰ ਭਗਵਾਨ ਨੇ ਹਰ ਇੱਕ ਨੂੰ ਮੁਫਤ ਦੇ ਵਿੱਚ ਹੀ ਦਿੱਤਾ ਹੋਇਆ ਹੈ ਅਗਰ ਇਸ ਮੰਦਰ ਦੇ ਅੰਦਰ ਅਸੀਂ ਵੜ ਕੇ ਜਿਸ ਦੇ ਅੰਦਰ ਉਹ ਪ੍ਰਮਾਤਮਾ ਬੈਠਾ ਹੈ ਹੋ ਜਾਗੇ ਅਸੀਂ ਜ਼ਰੂਰ ਉਸ ਨੂੰ ਪਾ ਲਵਾਂਗੇ ਕਿਉਂਕਿ ਉਹ ਇਸ ਅੰਦਰ ਬੈਠਾ ਹੈ ਅਗਰ ਕੋਈ ਵਸਤੂ ਸਾਡੀ ਇੱਥੇ ਅਹਮਦਾਬਾਦ ਦੇ ਅੰਦਰ ਗੁੰਮ ਹੈ ਜਿਸ ਘਰ ਅੰਦਰ ਜਿਸ ਸੜਕ ਦੇ ਉੱਤੇ ਗੁੰਮ ਹੈ ਉੱਥੇ ਆਪਾਂ ਪਾ ਲਾਂਗੇ ਤੇ ਬੜੀ ਆਸਾਨੀ ਨਾਲ ਉਹਨੂੰ ਪ੍ਰਾਪਤ ਕਰ ਲਾਂਗੇ ਬੇਸ਼ੱਕ 2 ਮਿੰਟ ਵੱਧ ਵੀ ਕਿਉਂ ਨਾ ਲੱਗ ਜਾਣ ਜੇ ਆਪਾਂ ਇੱਥੋਂ ਦੀ بجائے ਉਸ ਦੀ ਖੋਜ ਬੰਬੇ ਵਿੱਚ ਜਾ ਕੇ ਕਰੀਏ ਕਿਸ ਤਰ੍ਹਾਂ ਆਪਾਂ ਉਹ ਪ੍ਰਾਪਤ ਕਰ ਸਕਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਬਹੁਤ ਮਦਜੋ ਵਾਸ ਵਸਤ ਹੈ ਮੁਕਰਮੇ ਜੈਸੀ ਛਾਈ ਤੈਸੇ ਹੀ ਹਰ ਵਸੇ ਨਰੰਤਰ ਕਟਹੀ ਖੋਜੋ ਪਾਈ ਬਾਹਰ ਭੀਤਰ ਏਕੋ ਜਾਨਾ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਜੀ ਨੇ ਮਿਟੇ ਨਾ ਪਰਮ ਕੀ ਕਾਹੀ ਆਪ ਪਿਆਰ ਨਾ ਕਹਿੰਦੇ ਹੈ ਕਿ ਕਿਉਂ ਜੰਗਲਾਂ ਪਹਾੜਾਂ ਦੇ ਵਿੱਚ ਤੁਸੀਂ ਮਾਰੇ ਮਾਰੇ ਫਿਰਦੇ ਹੋ ਉਹ ਪ੍ਰਮਾਤਮਾ ਤਾਂ ਤੁਹਾਡੇ ਅੰਦਰ ਬੈਠਾ ਹੈ ਜਿਸ ਤਰ੍ਹਾਂ ਮਹਿੰਦੀ ਦੇ ਅੰਦਰ ਪਤਰਾੰਦੇ ਰੰਗ ਹੈ ਪੁੱਲ ਦੇ ਅੰਦਰ ਪੋਪ ਦੇ ਅੰਦਰ ਮਹਿਕ ਹੈ ਜਿਸ ਤਰ੍ਹਾਂ ਸ਼ੀਸ਼ੇ ਦੇ ਅੰਦਰ ਊਸ਼ਨਾਈ ਹੈ ਰੋਸ਼ਨੀ ਹੈ ਉਹ ਸਾਨੂੰ ਸਾਡਾ ਹੀ ਚਿਹਰਾ ਦਿਖਾਉਂਦਾ ਹੈ ਹੱਸਦਾ ਦੇਖਾਂਗੇ ਹੱਸਦਾ ਦੇਖਾਂਗੇ ਰੋਂਦਾ ਹੋਵਾਂਗੇ ਤਾਂ ਰੋਂਦਾ ਨਜ਼ਰ ਆਏਗਾ ਤੋ ਕਾਟੇ ਹੀ ਤੋ ਪਿਆਰੇ ਤੁਸੀਂ ਅੰਦਰ ਉਹ ਘਟ ਆ ਦੋਨਾਂ ਅੱਖਾਂ ਤੋਂ ਥੋੜਾ ਜਿਹਾ ਪਿੱਛੇ ਨੂੰ ਹੈ ਕਟ ਹੀ ਕੋ ਜੋ ਪਾਈ ਫੇਰ ਉਹ ਕਹਿਣ ਲੱਗੇ ਕਿ ਤੁਸੀਂ ਆਪਣੇ ਆਖੋਜ ਲਓਗੇ ਸਾਨੂੰ ਕੀ ਪਤਾ ਹੈ ਕਿ ਕੰਨਾਂ ਰਾਹੀ ਅੰਦਰ ਜਾਣਾ ਹੈ ਜਾਂ ਨੱਕ ਰਾਹੀ ਜਾਣਾ ਹੈ ਜਾਂ ਕੋਈ ਹੋਰ ਰਸਤੇ ਅੰਦਰ ਜਾਣਾ ਹੈ ਕਲ ਇਹ ਗੁਰ ਗਿਆਨ ਬਤਾਈ ਇਹ ਭੇਦ ਗੁਰਮਖੰਦ ਦੇ ਹੱਥ ਵਿੱਚ ਹੈ ਇਸ ਦੀ ਚਾਬੀ ਗੁਰਮਖੰਦ ਨੂੰ ਦਿੱਤੀ ਹੋਈ ਹੈ ਜਿਸ ਦਾ ਗ੍ਰਹਿ ਤਿਸ ਦੀ ਆਤਲਾ ਕੁੰਜੀ ਗੁਰ ਸੋ ਪਾਈ ਅਨਕ અપਉ ਕਰੇ ਨਹੀਂ ਪਾਏ ਬਿਨ ਸਤਗੁਰ ਸਰਣਾਈ ਕਹਿੰਦੇ ਜਿਸ ਪ੍ਰਮਾਤਮਾ ਨੇ ਇਹ ਸਰੀਰ ਬਣਾਇਆ ਹੈ ਤਾਲਾ ਉਸ ਨੇ ਲਗਾਇਆ ਹੈ ਕਿਸੇ ਮਹਾਤਮਾ ਨੇ ਤਾਲਾ ਨਹੀਂ ਲਾਇਆ ਹੋਇਆਗਾ ਪ੍ਰਮਾਤਮਾ ਨੇ ਲਗਾਇਆ ਹੈ ਕੁੰਜੀ ਜੋ ਚਾਬੀ ਹੈ ਉਹ ਸੰਤਾਂ ਦੇ ਹਵਾਲੇ ਹੈ ਮਨ ਬੁੱਧੀ ਨਾਲ ਜੋ ਮਰਜੀ ਉਹ ਪਾਉਸੀ ਕਰ ਲੇ ਅਸੀਂ ਅੰਦਰ ਦਾਖਲ ਨਹੀਂ ਹੋ ਸਕਦੇ ਸੋ ਇਸ ਵਾਸਤੇ ਆਪਿਆਰ ਨਾ ਕਹਿੰਦੇ ਹੈ ਜੋ ਸ਼ਰੀਰ ਤੋਂ ਬਾਹਰ ਕੋਈ ਦੇ ਹੈ ਇਹ ਤਾਂ ਇਹ ਕਹਾਣੀ ਹੈ ਕਿ ਬੱਚਾ ਘਰ ਵਿੱਚ ਹੈ ਸ਼ਹਿਰ ਵਿੱਚ ਟਡੋਰਾ ਦਿੰਦੇ ਹਨ ਤਾਂ ਪਰਮਾਤਮਾ ਸਾਡੇ ਅੰਦਰ ਹੈ ਅਸੀਂ ਉਹਦੀ ਖੋਜ ਬਾਹਰ ਕਰਦੇ ਹਾਂ ਸੋ ਇਸ ਵਾਸਤੇ ਆਪ ਕਦੇ ਜਨ ਨਾਨਕ ਬਿਨ ਆਪਾਂ ਜੀ ਨੇ ਮਿਟੇ ਨਾ ਭਰਮ ਕੀ ਕਾਈ ਨਾਮ ਲੈ ਲੈਣਾ ਗੁਰੂ ਤੇਗ ਬਹਾਦਰ ਜੀ ਸਭ ਕਹਿੰਦੇ ਕਾਫੀ ਨਹੀਂਗਾ ਨਹੀਂ ਫਿਰ ਉਸਦੀ ਕਮਾਈ ਵੀ ਕਰਨੀ ਜਦ ਤੱਕ ਅਸੀਂ ਕਮਾਈ ਨਹੀਂ ਕਰਦੇਗੇ ਉਹਨਾਂ ਚਿਰ ਸਾਡੇ ਅੰਦਰੋਂ ਪਰਮ ਦੂਰ ਨਹੀਂ ਹੁੰਦਾਗਾ ਅੱਖਾਂ ਨਾਲ ਅਸੀਂ ਅੰਦਰ ਜਾ ਕੇ ਦੇਖ ਲਈਏ ਕਿ ਆ ਸਚਾਈ ਹੈ ਬੇਸ਼ੱਕ ਸਾਰੀ ਦੁਨੀਆ ਇੱਕ ਪਾਸੇ ਹੋ ਜਾਵੇ ਕਿ ਇਹ ਗਲਤ ਹੈ ਸਾਡਾ ਦਿਲ ਅਗਵਾਈ ਨਹੀਂ ਦੇਵੇਗਾ ਸੂਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਆ ਕਿ ਇਹ ਸਾਡਾ ਮੰਦਰ ਹੈ ਸਰੀਰ ਜਿਹਦੇ ਅੰਦਰ ਉਹ ਪਰਮਾਤਮਾ ਵਸਦਾ ਹੈ ਜੀ ਪਰਭਾਤੀ ਮਹਲਾ ਤੀਜਾ ਵਿਪਾਸ ਪੰਨਾ 1346 ਗੋਰ ਪਰਸ਼ਾਦੀ ਵੇਖ ਤੂੰ ਦੇ ਖੋ ਜੀਏ ਹਰ ਨਾਮੋਲੇ ਹੋ ਸਮਾਲ ਹੁਣਾ ਪਿਆਰ ਨਾ ਕਹਿੰਦੇ ਹੈ ਨਾ ਕਰਵਾਰ ਛੱਡਣਾ ਹੈ ਨਾ ਬੱਚਿਆਂ ਦੀ ਪੁੱਤਰਾਂ ਧੀਆਂ ਦੀ ਕੋਈ ਜ਼ਿੰਮੇਵਾਰੀ ਛੱਡਣੀ ਹੈ ਨਾ ਕੋਈ ਸਮਾਜ ਹੀ ਬਦਲਣਾ ਹੈ ਸੰਤਾ ਮਹਾਤਮਾ ਦਾ ਨਰੋਲ ਰੋਹਾਨੀਅਤ ਦਾ ਕੰਮ ਹੁੰਦਾ ਹੈ ਜਿਹੜੀਆਂ ਆਤਮਾ ਦਾ ਪਰਮਾਤਮਾ ਦੇ ਦਰਬਾਰ ਫੈਸਲਾ ਹੋ ਚੁੱਕਿਆ ਹੈ ਕਿ ਹੁਣ ਮੈਂ ਪਾਸ ਬੁਲਾਉਣੇ ਹੈ ਉਹਨਾਂ ਵਿਛੜੀਆਂ ਆਤਮਾ ਨੂੰ ਉਹ ਸ਼ਬਦ ਨਾਮ ਦੇ ਨਾਲ ਜੋੜਦੇ ਆ ਪਰਮਾਤਮਾ ਨਾਲ ਜੋੜਦੇ ਹੈ ਖੁਦ ਉਹਨਾਂ ਨੇ ਜ਼ਿੰਦਗੀ 'ਚ ਅਨੁਭਵ ਪਾਇਆ ਹੁੰਦਾ ਹੈ ਜੋ ਉਹਨਾਂ ਦੀ ਸ਼ਰਨ ਵਿੱਚ ਆਉਂਦੇ ਹੈ ਉਹਨਾਂ ਨੂੰ ਵੀ ਉਹ ਆਪਣੀ ਤਵਜੋਹ ਦਾ ਅਨੁਭਵ ਦਿੰਦੇ ਹੈ ਔਰ ਆ ਮੁਕਤ ਹੁੰਦੇ ਹੈ ਜੋ ਉਹ ਨਾ ਸ਼ਰਨ ਵਿੱਚ ਆਉਂਦੇ ਹੈ ਉਹਨਾਂ ਨੂੰ ਵੀ ਉਹ ਮੁਕਤੀ ਦਾ ਦਾਨ ਬਖਸ਼ਦੇ ਹੈ ਸੋ ਇਸ ਵਾਸਤੇ ਆ ਪਿਆਰ ਨਾ ਕਹਿੰਦੇ ਹੈ ਕਿ ਇਹ ਮੰਦਰ ਸ਼ਰੀਰ ਦੇ ਅੰਦਰ ਅਸੀਂ ਕਿਸ ਤਰ੍ਹਾਂ ਜਾ ਕੇ ਖੋਜ ਕਰ ਸਕਦੇ ਹੈ ਕਿਸੇ ਪੂਰੇ ਮਹਾਤਮਾ ਦੀ ਦਿਆ ਮੇਰ ਦੇ ਨਾਲ ਉਹ ਨਾਮ ਦੇਵੇਗਾ ਸ਼ਬਦ ਦੇਵੇਗਾ ਸ਼ਬਦ ਨਾਮ ਦੀ ਕਮਾਈ ਕਰਕੇ ਹੀ ਅੰਦਰ ਅਸੀਂ ਖੋਜ ਸਕਦੇ ਹੈ ਸਾਨੂੰ ਅਗਰ ਮਹਾਤਮਾ ਨਾ ਮਿਲਨ ਕੀ ਪਤਾ ਹੈ ਖੰਡ ਬ੍ਰਹਮੰਡ ਕਿੱਥੇ ਹੈ ਬ੍ਰह्म पारब्रह्म ਕਾਸ ਨੂੰ ਕਹਿੰਦੇ ਹੈ ਇਹ ਤਾਂ ਪੂਰੇ ਮਹਾਤਮਾ ਦੀ ਦਇਆ ਗੁਰੂਆਂ ਦੀ ਹੀ ਦਇਆ ਹੈ ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਇਹ ਨਾ ਦੇਖੋ ਕਿ ਮਹਾਤਮਾ ਹਿੰਦੂ ਹੈ ਜਾਂ ਇਹ ਮੁਸਲਮਾਨ ਹੈ ਜਾਂ ਇਹ ਇਸਾਈ ਹੈ ਜਾਂ ਇਹ ਸਿੱਖ ਹੈ ਜਾਂ ਇਹ ਅਮਰੀਕਾ ਦੇ ਰਹਿਣ ਵਾਲਾ ਹੈ ਜਾਂ ਹਿੰਦੁਸਤਾਨ ਦੇ ਰਹਿਣ ਵਾਲਾ ਹੈ ਪਿਆਰੋ ਇਹਦੇ ਨਾਲ ਕੋਈ ਦੀ ਫਰਕ ਨਹੀਂ ਪੈਂਦਾਗਾ ਜਾਤੀ ਪਾਤੀ ਨਾਲ ਕਬੀਰ ਸਾਹਿਬ ਕਹਿੰਦੇ ਹੈ ਕਿ ਮੁੱਲ ਕਰੋ ਤਲਵਾਰ ਦਾ ਪੜਾ ਰਹਿਣ ਦੋ ਮਿਆਂ ਕਹਿੰਦੇ ਤਲਵਾਰ ਦਾ ਮੁੱਲ ਕਰੋ ਤੁਸੀਂ ਮਿਆਂ ਇਹ ਸ਼ਰੀਰ ਮਿਆਂ ਹੈ ਜੋ ਸੰਤਾਂ ਦੇ ਅੰਦਰ ਤਾਕਤ ਕਮ ਕਰਦੀ ਹੈ ਉਹ ਗਿਆਨ ਹੈ ਪੁੱਛ ਲੀ ਜੀਏ ਗਿਆਨ ਜਾਤ ਨਾ ਪੁੱਛੋ ਸੰਤ ਦੀ ਪੁੱਛ ਲੀ ਜੀਏ ਗਿਆਨ ਅਸੀਂ ਕੋਈ ਉਸ ਮਹਾਤਮਾ ਦੇ ਨਾਲ ਖਾਣਾ ਨਹੀਂ ਕੋਈ ਰਿਸ਼ਤਾ ਨਾਤਾ ਨਹੀਂ ਕਰਨਾਗਾ ਅਸੀਂ ਤਾਂ ਉਸ ਤੋਂ ਸ਼ਬਦ ਨਾਮ ਦਾ ਭੇਦ ਲੈਣਾ ਹੈ ਸੋ ਇਸ ਵਾਸਤੇ ਆ ਪਿਆਰ ਨਾ ਕਹਿੰਦੇ ਹੈ ਤੁਸੀਂ ਇਸੀ ਪੜ੍ਹ ਕੇ ਦੇਖ ਲਓ ਹਰਾਜਪੂਤਾਨੇ ਦੇ ਅੰਦਰ ਮੀਰਾਬਾਈ ਹੋਈ Rajputa ਦੀ ਲੜਕੀ ਸੀ ਉਹਨੇ ਰਵੀਦਾਸ ਜਾ ਕੇ ਚਮਾਰ ਨੂੰ ਗੁਰੂ ਧਾਰਨ ਕੀਤਾ ਰਾਜਾ ਵੀਰ ਸਿੰਘ ਬਗੇਲ ਸਿੰਘ Rajput ਰਾਜੇ ਸਨ ਉਹਨਾਂ ਨੇ ਕਬੀਰ ਸਾਹਿਬ ਜੋ ਮੁਸਲਮਾਨੀ ਜਾਤੀ ਵਿੱਚ ਸਨ ਜਾ ਕੇ ਗੁਰੂ ਧਾਰਨ ਕੀਤਾ ਪੂਰੇ ਬਹੁਤ ਸਾਰੇ ਸਾਨੂੰ ਇਤਿਹਾਸ ਭਗਵਾਈ ਦਿੰਦੇ ਹੈ ਕਿ ਇਹਦੇ ਵਿੱਚ ਜਾਤ ਪਾਤ ਦਾ ਪੁੱਛਣ ਦੀ ਸਾਨੂੰ ਲੋੜ ਨਹੀਂ ਅਸੀਂ ਤਾਂ ਮਹਾਤਮਾ ਤੋਂ ਗਿਆਨ ਲੈਣਾ ਹੈ ਸ਼ਬਦ ਦਾ ਭੇਦ ਲੈਣਾ ਹੈ ਸੋ ਇਸ ਵਾਸਤੇ ਆਪ ਕਹਿਣ ਲੱਗੇ ਕੋਈ ਪੂਰੇ ਮਹਾਤਮਾ ਦੀ ਸ਼ਰਨ ਵਿੱਚ ਜਾਓ ਤਾਂ ਹੀ ਤੁਸੀਂ ਇਹ ਸ਼ਰੀਰ ਦੇ ਅੰਦਰ ਦਾਖਲ ਹੋ ਸਕਦੇ ਹੋ ਔਰ ਇਹ ਮੁਫਤ ਦੇ ਅੰਦਰ ਹੀ ਪ੍ਰਮਾਤਮਾ ਨੇ ਸਭ ਨੂੰ ਮੰਦਰ ਦਿੱਤਾ ਹੈ ਜੀ ਆਰੇ ਮੰਦਰ ਸ਼ਬਦ ਦੇ ਕੋ ਜੀਏ ਹਰ ਨਾਮੋਲੇ ਹੋ ਸਮਾਲ ਮਨ ਮੇਰੇ ਸ਼ਬਦ ਰ ਪੈ ਰੰਗ ਹੋਏ ਮਨ ਮੇਰੇ ਸ਼ਬਦ ਰ ਪੈ ਪਿਆਰ ਨਾ ਕਹਿੰਦੇ ਆ ਸ਼ਬਦ ਨਾਮ ਦਾ ਜੋ ਰੰਗ ਹੈ ਉਹ ਕਦੇ ਉਤਰਦਾ ਨਹੀਂਗਾ ਕਬੀਰ ਸਾਹਿਬ ਕਹਿੰਦੇ ਆ ਜਿਨ ਕੋ ਸਤਗੁਰ ਰੰਗ ਦੀਆ ਕਵੀ ਨ ਹੋਏ ਕੋ ਰੰਗ ਦਿਨ ਦਿਨ ਬਾਣੀ ਆਗਰੀ ਚੜੇ ਸਵਾਇਆ ਰੰਗ ਜੀ ਮਨ ਮੇਰੇ ਸ਼ਬਦ ਰ ਪੈ ਰੰਗ ਹੋਈ ਮਨ ਮੇਰੇ ਸ਼ਬਦ ਰ ਪੈ ਰੰਗ ਸੱਚੀ ਪਗਤ ਸਚਾ ਹਰਿ ਮੰਦਰ ਪਰਗਤੀ ਸਾਚੀ ਸੋਈ ਸੱਚਾ ਹਰਿ ਮੰਦਰ ਇਹੀ ਹੈ ਇਹਦੇ ਅੰਦਰ ਵੜ ਕੇ ਅਸੀਂ ਸੱਚੀ ਭਗਤੀ ਕਰ ਸਕਦੇ ਹਾਂ ਸੱਚ ਤੋਂ ਮਤਲਬ ਜਿਹੜਾ ਕਦੇ ਨਾਸ ਨਾ ਹੋਵੇ ਫਨਾ ਨਾ ਹੋਵੇ ਉਹ ਇੱਕ ਪਰਮਾਤਮਾ ਹੈ ਗੁਰੂ ਨਾਨਕ ਸਾਹਿਬ ਆਪਣਾ ਜਪਜੀ ਸਾਹਿਬ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਹਿੰਦੇ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਪਹਿਲਾਂ ਵੀ ਉਹ ਪਰਮਾਤਮਾ ਸੀ ਹੁਣ ਵੀ ਉਹੀ ਪਰਮਾਤਮਾ ਹੈ ਅੱਗੇ ਨੂੰ ਵੀ ਉਸੇ ਪਰਮਾਤਮਾ ਨੇ ਰਹਿਣਾ ਹੈ ਇਹ ਨਹੀਂ ਕਿ ਸਤਜੁਗ ਵਿੱਚ ਗੱਦੀ ਕਿਸੇ ਹੋਰ ਕੋਲੇ ਸੀ ਅੱਗੇ ਨੂੰ ਉਹ ਗੱਦੀ ਕਿਸੇ ਹੋਰ ਕੋਲੇ ਚਲੀ ਜਾਏਗੀ ਉਹ ਆ ਜਗਤ ਤੋਂ ਹੀ ਪਰਮਾਤਮਾ ਤੁਰਿਆ ਆਉਂਦਾ ਹੈ ਸੱਚ ਤੋਂ ਮਤਲਬ ਹੈ ਜਿਹੜੀ ਕਦੇ ਨਾਸ ਔਰ ਫਨਾ ਨਾ ਹੋਵੇ ਸੋ ਇਸ ਵਾਸਤੇ ਆ ਪਿਆਰ ਨਾ ਕਹਿੰਦੇ ਆ ਇਹ ਸ਼ਰੀਰ ਦੇ ਅੰਦਰ ਦਾਖਲ ਹੋ ਕੇ ਹੀ ਇਸ ਮੰਦਰ ਦੇ ਅਸੀਂ ਸੱਚੀ ਔਰ ਸੁੱਚੀ ਭਗਤੀ ਕਰ ਸਕਦੇ ਹਾਂ ਸੱਚੀ ਪਾਗਤ ਸਚਾ ਹਰੇ ਮੰਦਰ ਪਰਗਤੀ ਸਾਚੀ ਸੋਏ ਮੰਦਰ ਇਹੋ ਸ਼ਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਗੁਰੂ ਸਾਹਿਬ ਨੇ ਪਿਆਰ ਨਾਲ ਕਹਿੰਦੇ ਹੈ ਕਿ ਜਿਹੜੇ ਅਸੀਂ ਆਪਣੇ ਅੱਥਾ ਪੈਰਾਂ ਨਾਲ ਮੰਦਰ ਮਸਜਿਦ ਗੁਰਦੁਆਰੇ ਗਿਰਜੇ ਬਣਾਉਣੇ ਹੈ ਉਹਨਾਂ ਦੀ ਆਪਾਂ ਕਿੰਨੀ ਕਦਰ ਕਰਦੇ ਹੈ ਉਥੇ ਸ਼ਰਾਬ ਨਹੀਂ ਪੀਂਦੇ, ਮੀਟ ਨਹੀਂ ਖਾਂਦੇ, ਕੋਈ ਹੋਰ ਭੈੜਾ ਖੋਟਾ ਅਸੀਂ ਜਾ ਕੇ ਉਥੇ ਕਰਮ ਨਹੀਂ ਕਰਦੇ ਗਏ। ਆਪਣੇ ਬਣਾਏ ਹੋਏ ਮੰਦਰ ਦੀ ਸਾਨੂੰ ਕਿੰਨੀ ਕਦਰ ਹੈ। ਅਗਰ ਕੋਈ ਗਲਤੀ ਨਾਲ ਉਥੇ ਕੋਈ ਦੀਵਾਰ ਜਾਂ ਇੱਟ ਜਾਂ ਕੋਈ ਤਰੇੜ ਵੀ ਆ ਜਾਵੇ ਤੇ ਅਸੀਂ ਮਾਲਕ ਦੇ ਸਾਜੇ ਹੋਏ ਹਜ਼ਾਰਾਂ ਹੀ ਮੰਦਰਾਂ ਨੂੰ ਗਰਾ ਦਿੰਨੇ ਹੈ। ਫਿਰ ਆਪਣੇ ਆਪ ਨੂੰ ਅਸੀਂ ਸ਼ਹੀਦ ਖਿਲਾਉਨੇ ਆਂ, ਕੌਮ ਦੇ ਰਖਵਾਲੇ ਕਹਿ ਲਾਉਨੇ ਆਂ। ਠੰਡੇ ਦਿਲ ਨਾਲ ਸੋਚ ਲੋ ਅਗਰ ਇਨਸਾਨ ਨੂੰ ਮਾਰ ਨਾਲ ਹੀ ਅਸੀਂ ਸ਼ਹੀਦ ਹੁੰਦੇ ਹੋਈਏ ਐਦੋਂ ਸਸਤਾ ਹੋਰ ਸੌਦਾ ਕਿਹੜਾ ਹੋ ਸਕਦਾ ਹੈ ਜਦ ਹਿੰਦੁਸਤਾਨ ਔਰ ਪਾਕਿਸਤਾਨ ਦਾ ਵਟਵਾਰਾ ਹੋਇਆ ਸੀਗਾ ਕਿਸ ਤਰ੍ਹਾਂ ਕਤਲੋਗਾਰਤ ਹੋਈ ਜਿਨ੍ਹਾਂ ਮੂੰਹ ਉਦੋਂ ਕਾਲਾ ਕੀਤਾ ਲੋਕਾਂ ਨੇ ਇਤਨਾ ਤਾ ਦੇਖਣ ਚ ਵੀ ਨਹੀਂ ਆਉਂਦਾਗਾ ਸੋ ਇਸ ਵਾਸਤੇ ਤਾਂ ਤਾਂ ਉਹ ਸਾਰੇ ਲੋਕ ਸ਼ਹੀਦ ਹੋ ਜਾਣੇ ਚਾਹੀਦੇ ਸੀ ਨਹੀਂ ਉਹ ਪਿਆਰੇ ਕਿਸੇ ਨੂੰ ਮਾਰਨ ਨਾਲ ਸ਼ਹੀਦ ਨਹੀਂ ਹੋਈਦਾਗਾ ਤੋਂ ਮਹਾਤਮਾ ਕਹਿੰਦੇ ਆ ਜੇ ਤੂੰ ਪਰੀਆਂ ਦੀ ਸਿੱਖ ਆ ਉਹ ਨਾ ਢਾਈ ਕਹੀਦਾ ਸੂਫੀ ਸੰਤ ਫਰੀਦ ਸਾਹਿਬ ਕਹਿੰਦੇ ਆ ਜੇ ਤੈਨੂੰ ਪ੍ਰਮਾਤਮਾ ਦੇ ਮਿਲਣ ਦਾ ਸ਼ੌਕ ਹੈ ਤੇ ਤੈਨੂੰ ਪ੍ਰਮਾਤਮਾ ਦੀ ਖਲਕਤ ਦੇ ਨਾਲ ਵੀ ਪਿਆਰ ਕਰਨਾ ਪਏਗਾ ਸੋ ਇਸ ਵਾਸਤੇ ਆਪ ਕਹਿਣ ਲੱਗੇ ਮੈਂ ਜਿਸ ਮੰਦਰ ਦੀ ਤਾਰੀਫ ਕਰਦਾ ਹਾਂ ਉਹ ਤੁਹਾਡਾ ਸ਼ਰੀਰ ਹੈ ਇਹ ਮੰਦਰ ਸ਼ਰੀਰ ਹੈ ਕਹਿਣ ਲੱਗੇ ਜਦੋਂ ਵੀ ਮਾਲਕ ਦੇ ਮਿਲਣ ਦਾ ਤੁਹਾਨੂੰ ਕੋਈ ਨੌਲੇਜ ਹੋਏਗਾ ਗਿਆਨ ਹੋਏਗਾ ਇਹ ਸ਼ਰੀਰ ਦੇ ਅੰਦਰ ਜਾ ਕੇ ਹੋਏਗਾ ਹਿੰਦੂ ਮਹਾਤਮਾ ਇਸ ਨੂੰ ਨਰ ਨਾਰੈਣੀ ਦੇ ਕਹਿੰਦੇ ਹੈ ਇਹਦੇ ਅੰਦਰ ਅੰਦਰ ਹੀ ਜਾ ਕੇ ਨਰ ਤੋਂ ਅਸੀਂ ਨਾਰੈਣ ਬਣ ਸਕਦੇ ਹਾਂ ਸੋ ਇਸ ਵਾਸਤੇ ਜਿੰਨੇ ਵੀ ਮਹਾਤਮਾ ਹੈ ਸਭ ਇਹਹੀ ਜੋਰ ਦਿੰਦੇ ਹੈ ਮੰਦਿਰ ਮਸਜਿਦ ਗੁਰਦੁਆਰੇ ਮਹਾਤਮਾ ਨੇ ਕਿਉਂ ਬਣਾਏ ਸਿਰਫ ਇਸ ਵਾਸਤੇ ਕਿ ਸਾਡੇ ਦਿਲ ਅੰਦਰ ਸ਼ੌਕ ਪੈਦਾ ਹੋਵੇ ਬਿਰੇ ਔਰ ਤੜਪ ਪੈਦਾ ਹੋਵੇ ਵੀ ਇਹ ਨੰਦਰਾ ਜਿਹੜਾ ਜਾਣਾ ਜ਼ਰੂਰੀ ਹੈ ਉੱਥੇ ਜਾ ਕੇ ਜੋ ਕੁਝ ਅਸੀਂ ਸੁਣਦੇ ਹਾਂ ਪ੍ਰਮਾਤਮਾ ਦੀ ਭਗਤੀ ਦੇ ਮਤਲਕ ਸਾਡੇ ਦਿਲ ਅੰਦਰ ਇਸ ਮੰਦਰ ਦੇ ਅੰਦਰ ਜਾਣ ਦਾ ਵੀ ਸ਼ੌਕ ਪੈਦਾ ਹੋਵੇ 37 ਕਹਿੰਦੇ ਹੈ ਤੂੰ ਕਦੇ ਚੱਲ ਨਾ ਆਇਆ ਪੰਜੇ ਵਕਤ ਮਸੀਤ ਮੁਸਲਮਾਨ ਵੀਰਾਂ ਨੇ ਪੰਜ ਵਕਤ ਜਾਣਾ ਤਾਂ ਸ਼ੁਰੂ ਕਰ ਦਿੱਤਾ ਬਾਹਰਲੇ ਮਿਸیتے ਲੇਕਿਨ ਅੰਦਰ ਨਾ ਗਏ। ਇਹੀ ਗੁਰੂ ਸਾਹਿਬ ਕਹਿੰਦੇ ਹੈ ਕਿ ਕਦੇ ਇਹ ਸਮੁੰਦਰ ਦੇ ਅੰਦਰ ਦਾਖਲ ਹੋਇਆ ਜੋ ਪਰਮਾਤਮਾ ਨੇ ਬਣਾਇਆ ਹੈ ਹਰ ਇੱਕ ਮਹਾਤਮਾ ਦਾ ਤਾਂ ਮਕਸਦ ਇਤਨਾ ਹੀ ਸੀ ਕਿ ਜਿਸ ਤਰ੍ਹਾਂ ਸੀ ਬਾਹਰਲੇ ਮੰਦਰਾਂ ਦੀ ਕਦਰ ਕਰਦੇ ਆਂ ਇਸ ਮੰਦਰ ਦੀ ਵੀ ਕਦਰ ਕਰੀਏ ਇਸ ਮੰਦਰ ਦੇ ਅੰਦਰ ਅਸੀਂ ਕਦੇ ਸ਼ਰਾਬ ਪੌਂਦੇ ਆਂ ਨੀਟ ਪੌਂਦੇ ਆਂ ਭੈੜੇ ਖੋਟੇ ਕਰਮ ਕਰਦੇ ਆਂ ਜੋ ਆਪਦੇ ਹੱਥਾਂ ਪੈਰਾਂ ਨਾਲ ਬਣਾਏ ਆ ਉੱਥੇ ਦਾ ਧੂਪ ਤਖਾਉਂਦੇ ਆਂ ਜੋੜੇ ਤੱਕ ਨਹੀਂ ਵੀਰ ਨਹੀਂ ਲੈ ਕੇ ਜਾਂਦੇਗੇ ਜਿਹੜਾ ਪ੍ਰਮਾਤਮਾ ਨੇ ਹਰਿਮੰਦਰ ਬਣਾਇਆ ਹੈ ਸਾਨੂੰ ਮੁਫਤ ਵਿੱਚ ਦਿੱਤਾ ਹੈ ਉਹਦੇ ਅੰਦਰ ਅਸੀਂ ਕਿੰਨੇ ਭੈੜੇ ਖੋਟੇ ਕਰਮ ਕਰਦੇ ਆਂ ਫਿਰ ਅਸੀਂ ਨਾਸਤਕ ਹੋ ਜਾਂਦੇ ਆ ਕਿ ਜੀ ਮੈਂ 40 ਸਾਲ ਹੋ ਗਏ ਮੰਦਰ ਵਿੱਚ ਗਿਆ ਮੈਨੂੰ ਪਰਮਾਤਮਾ ਨਾਲ ਮਿਲਿਆ ਇਸ ਵਾਸਤੇ ਮਹਾਤਮਾ ਕਹਿੰਦੇ ਕਦੇ ਸੋਚਿਆ ਹੈ ਕਿ ਗੰਦੀ ਜਗ੍ਹਾ ਦਾ ਕੁੱਤਾ ਵੀ ਨਹੀਂ ਬੈਠਦਾਗਾ ਕੁੱਤਾ ਵੀ ਪੂਛੜਣਾ ਜਗ੍ਹਾ ਸਾਫ਼ ਕਰ ਲੈਂਦਾ ਹੈ ਅਗਰ ਕਿਸੇ ਰਿਸ਼ਤੇਦਾਰ ਨੇ ਭੈਣ ਭਰਾ ਨੇ ਸਾਡੇ ਘਰ ਵਿੱਚ ਆਉਣਾ ਹੋਵੇ ਅਸੀਂ ਕਿਸ ਤਰ੍ਹਾਂ ਮਕਾਨ ਨੂੰ ਕਲੀ ਕਰਦੇ ਹਾਂ ਸਾਫ਼ ਕਰਦੇ ਹਾਂ ਕਿ ਕਿਤੇ ਸਾਡੇ ਘਰ ਨੂੰ ਨਿੰਦ ਨਾ ਜਾਵੇ ਬੁਰਾ ਨਾ ਕਹਿ ਜਾਵੇ ਲੇਕਿਨ ਉਹ ਸੱਚਖੰਡ ਦੇ ਰਹਿਣ ਵਾਲਾ ਪਰਮਾਤਮਾ ਸੱਚਾ ਸੁੱਚਾ ਜਿਹੜਾ ਪਿਓਰ ਹੋਰ ਪਵਿੱਤਰ ਹੈ ਉਹ ਸਾਡੇ ਵਿਸ਼ੇ ਵਿਚਾਰਾਂ ਦੇ ਲਿਬੜਿਆਂ ਅੰਦਰ ਕਿਸ ਤਰ੍ਹਾਂ ਦਾਖਲ ਹੋਏਗਾ ਜਿਹੜੀ ਜਗ੍ਹਾ ਉਹਨੂੰ ਸਾਫ਼ ਤੇ ਹੁੰਦੀ ਹੈ ਉਹ ਉੱਥੇ ਜਾ ਕੇ ਬੈਠ ਜਾਂਦਾ ਹੈ ਸੋ ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਮੈਂ ਜਿਹੜੇ ਮੰਦਰ ਦਾ ਜ਼ਿਕਰ ਕਰਦਾ ਹੈ ਉਹ ਇਹ ਸ਼ਰੀਰ ਹੈ ਜਦੋਂ ਵੀ ਪ੍ਰਮਾਤਮਾ ਦੇ ਮਿਲਣ ਦਾ ਗਿਆਨ ਹੋਏਗਾ ਨੌਲੇਜ ਹੋਏਗਾ ਤੁਹਾਨੂੰ ਇਹ ਸ਼ਰੀਰ ਦੇ ਅੰਦਰ ਜਾ ਕੇ ਹੀ ਹੋਏਗਾ ਜੀ हार ए हो शरीर है रतन प्रग हो मन मुख मूल न जाननी मानस हर मंदर ना ਕਹਿੰਦੇ ਜਿੰਦਗੀ 'ਚ ਕਿਸੇ ਪੂਰਨ ਮਹਾਤਮਾ ਨੂੰ ਨੇ ਜਾ ਕੇ ਮਿਲੇਗੇ ਉਹ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਹੀ ਨਹੀਂਗੇ ਬਈ ਬੰਦੇ ਦਾ ਸ਼ਰੀਰ ਵੀ ਹਰ ਮੰਦਰ ਹੈ ਉਹ ਕਹਿੰਦੇ ਜਾਂ ਤਾਂ ਪ੍ਰਮਾਤਮਾ ਕਿਸੇ ਸੋਨੇ ਦੇ ਮੰਦਰ ਵਿੱਚ ਬੈਠਾ ਹੈ ਜਾਂ ਸਮੁੰਦਰ ਦੀਆਂ ਤਹਾਂ ਵਿੱਚ ਬੈਠਾ ਹੈ ਉਹ ਲੰਮੀਆਂ ਯਾਤਰਾ ਕਰਨ ਵਾਸਤੇ ਤਰਪਿੰਦੇ ਹੈ ਕਿ ਪ੍ਰਮਾਤਮਾ ਸ਼ਾਇਦ ਸਾਨੂੰ ਬਾਹਰੋਂ ਮਿਲ ਜਾਏਗਾ ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਘਰ-ਦਾਰ ਛੋੜੇ ਆਪਣਾ ਪਰ ਘਰ ਝੂਠਾ ਜਾਏ ਚੋਰੇ ਵਾਂਗੂ ਪਕੜੀਏ ਬਿਨ ਨਾਮੇ ਚੋਟਾ ਖਾਏ ਜਿੰਨੀ ਕਰ ਜਾਂਦਾ ਆਪਣਾ ਸੇ ਸੁਖੀਏ ਭਾਈ ਆਪਿਆਰ ਨਾ ਕਹਿੰਦੇ ਹੈ ਕਿ ਚੋਰ ਦਾ ਵੀ ਕੀ ਕਸੂਰ ਹੁੰਦਾ ਹੈ ਉਹ ਆਪਣਾ ਘਰ ਛੱਡ ਕੇ ਪਰਾਏ ਘਰ ਜਾਂਦਾ ਹੈ ਤੋ ਗੁਰੂ ਨਾਨਕ ਦੇ ਬਾਣੀ ਤਾਂ ਤੁਕ-ਤੁਕ ਸਾਨੂੰ ਕਹਿੰਦੀ ਹੈ ਕਿ ਪ੍ਰਮਾਤਮਾ ਤੁਹਾਡੇ ਅੰਦਰ ਹੈ ਘਰ-ਦਾਰ ਨੂੰ ਅਗਰ ਆਪ ਦੇ ਇਹ ਸਰੀਰ ਨੂੰ ਛੱਡ ਕੇ ਮਾਲਕ ਨੂੰ ਬਾਹਰੋਂ ਢੂੰਡੋਂਗੇ ਤੋ ਚੋਰ ਵਾਲੀ ਹਾਲਤ ਹੈ ਉਹ ਚੋਰ ਤੇ ਕਿਉਂ ਬਈ ਕੁੱਟ ਪੈਂਦੀ ਹੈ ਅਦਾਲਤ ਕਿਉਂ ਸਜ਼ਾ ਦਿੰਦੀ ਹੈ ਉਹ ਆਪਣੇ ਘਰ ਨੂੰ ਛੱਡ ਕੇ ਪ੍ਰਾਏ ਘਰ ਵਿੱਚ ਗਿਆ ਇਸੇ ਤਰ੍ਹਾਂ ਅਸੀਂ ਜੋ ਵਕਤ ਲਾਉਨੇ ਆ ਬਾਹਰ ਜੰਗਲਾਂ ਪਹਾੜਾਂ ਦੇ ਵਿੱਚ ਅਗਰ ਉਹ ਆਪਣੇ ਸ਼ਰੀਰ ਦੇ ਅੰਦਰ ਦਾਖਲ ਹੋਣ ਵਾਸਤੇ ਲਾਈਏ ਤੇ ਅਸੀਂ ਕਾਮਯਾਬ ਹੋ ਸਕਦੇ ਹਾਂ ਸੋ ਇਸ ਵਾਸਤੇ ਆ ਪਿਆਰ ਨਾ ਕਹਿੰਦੇ ਹੈ ਕਿ ਉਹ ਲੋਕ ਮੰਨਣ ਵਾਸਤੇ ਤਿਆਰ ਨਹੀਂ ਕਦੇ ਸ਼ਰੀਰ ਵੀ ਹਰ ਮੰਦਰ ਹੋਇਆ ਹੈ ਇਹ ਤਾਂ ਸ਼ਰਾਬਾਂ ਕਬਾਬਾਂ ਵਾਸਤੇ ਐਸ਼ੋ ਇਸ਼ਰਤਾਂ ਵਾਸਤੇ ਹੀ ਮਿਲਿਆ ਹੈ ਸੋ ਇਹ ਖਿਆਲ ਸਾਡਾ ਕਰਾਹੇ ਪਾਉਣ ਵਾਲਾ ਹੈ ਤੋ ਇਸ ਵਾਸਤੇ ਮਹਾਤਮਾ ਸਾਨੂੰ ਕਹਿੰਦੇ ਐ ਕਿ ਪਿਆਰਿਓ ਉਹ ਪਰਮਾਤਮਾ ਅੰਦਰ ਹੈ ਬਾਹਰ ਜੋ ਕੁਝ ਵੀ ਅਸੀਂ ਦੇਖਦੇ ਹਾਂ ਇਹ ਪਰਮ ਹੈ ਜੀ ਮਨ ਮੁਖ ਮੂਲੇ ਨਾ ਜਾਣੀ ਮਨ ਸ ਹਰਮੰਦਰ ਨਾ ਹੋਏ ਹਰਮੰਦਰ ਹਰ ਜਿਉ ਸਾਜਿਆ ਕਮਸਵਾਰ ਹੁਣ ਗੁਰੂ ਅਮਰਦੇਵ ਜੀ ਮਹਾਰਾਜ ਸਵਾਲ ਕਰਨ ਵਾਲਿਆਂ ਨੂੰ ਕਹਿੰਦੇ ਆ ਕਿ ਮੈਂ ਜਿਸ ਮੰਦਰ ਦਾ ਜ਼ਿਕਰ ਕਰਦਾ ਹੈ ਉਹ ਦੁਨਿਆਵੀ ਕਿਸੇ ਕਾਰੀਗਰ ਨੇ ਨਹੀਂ ਬਣਾਇਆ ਹੋਇਆ ਉਹ ਇਟਾਂ ਔਰ ਪੱਥਰਾਂ ਦਾ ਨਹੀਂ ਬਣਾਇਆ ਹੋਇਆ ਉਹ ਭਗਵਾਨ ਨੇ ਬਣਾਇਆ ਹੈ ਇਹ ਸ਼ੀਰ ਔਰ ਸ਼ਬਦ ਦੇ ਜਰੀਏ ਉਹ ਕਾਇਮ ਹੈ ਜਿੰਨਾ ਚਿਰ ਪ੍ਰਮਾਤਮਾ ਦੀ ਤਾਕਤ ਇਸ ਦੇ ਅੰਦਰ ਕੰਮ ਕਰਦੀ ਹੈ ਉਹ ਸ਼ਬਦ ਨਾਮ ਦੀ ਕਿਰਨ ਉਹਨਾਂ ਚਿਰੇ ਦੌੜੇ ਫਿਰਦੇ ਹੈ ਜਦੋਂ ਪਰਮਾਤਮਾ ਆਪਦੀ ਤਾਕਤ ਅੰਦਰੇ ਸ਼ਬਦ ਉਠਾ ਲੈਂਦਾ ਹੈ ਇਹ ਸ਼ਰੀਰ ਦੀ ਕੋਈ ਕੌਡੀ ਨਹੀਂ ਦਿੰਦਾਗਾ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਇੱਕ ਇੰਜਨ ਦੀ ਬਾਡੀ ਹੈ ਉਸ ਦੇ ਅੰਦਰ ਜਿੰਨਾ ਚੱਕਰ ਅਸੀਂ ਪਟ્રોલ ਪਾਉਨੇ ਹੈ ਤੇਲ ਪਾਉਨੇ ਹੈ ਉਹ ਚੱਲਦਾ ਹੈ ਜਦ ਉਹ ਤਾਕਤ ਉਹਦੇ ਅੰਦਰ ਹਰਕਤ ਦੇਣ ਵਾਲਾ ਕਰੰਟ ਨਾ ਹੋਵੇ ਇੰਨੀਆਂ ਦੇ ਅੰਦਰ ਕਲਪੁਰ ਜੇ ਸਾਰੇ ਉਸੇ ਤਰ੍ਹਾਂ ਹੁੰਦੇ ਆ ਲੇਕਿਨ ਉਹ ਹਰਕਤ ਨਹੀਂ ਕਰਦੇਗੇ ਇਸੇ ਤਰ੍ਹਾਂ ਸਾਡਾ ਸ਼ਰੀਰ ਹੈ ਜਿਤਨਾ ਚਿਰ ਉਹ ਪਰਮਾਤਮਾ ਦੀ ਤਾਕਤ ਸ਼ਬਦ ਦੀ ਤਾਕਤ ਸਾਡੇ ਸ਼ਰੀਰ ਅੰਦਰ ਹੈ ਮਾਤਾ ਪਿਤਾ ਭੈਣ ਭਰਾ ਯਾਰ ਦੋ ਸਾਰੇ ਸਾਡਾ ਕਦਰ ਕਰਦੇ ਹੈ ਜੱਫੀਆਂ ਪਾਉਂਦੇ ਹੈ ਗਲਾਂ 'ਚ ਹਾਰ ਪਾਉਂਦੇ ਸਾਰਾ ਕੁਝ ਹੀ ਕਰਦੇ ਹੈ ਲੇਕਿਨ ਜਦ ਪਰਮਾਤਮਾ ਉਹ ਸ਼ਬਦ ਦੀ ਕਿਰਨ ਵਿੱਚੋਂ ਉਠਾ ਲੈਂਦਾ ਹੈ ਨਾ ਸਾਡੇ ਕੋਈ ਕੌਡੀ ਦੇਣ ਵਾਸਤੇ ਤਿਆਰ ਹੁੰਦਾ ਹੈ ਸਾਰੇ ਇਹ ਕਹਿੰਦੇ ਆ ਵੀ ਜਲਦੀ ਜਲਦੀ ਇਸ ਨੂੰ ਬਿਲੇ ਲਾ ਦਿਓ ਔਰ ਇੱਕ ਮੈਂਡ ਦੇ ਅੰਦਰ ਉਹ ਸਰੀਰ ਦੇ ਵਿੱਚ ਉਹ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਅੱਖਾਂ ਤਾਂ ਹਨ ਲੇਕਿਨ ਹਰਕਤ ਨਹੀਂ ਕਰਦੀਆਂ ਕੰਨ ਹਨ ਲੇਕਿਨ ਆਵਾਜ਼ ਨਹੀਂ ਸੁਣਦੇ ਮੂੰਹ ਹੈ ਲੇਕਿਨ ਅੰਦਰ ਅਸੀਂ ਕੁਝ ਨਗਾ ਨਹੀਂ ਸਕਦੇਗੇ ਹੱਥ ਪੈਰ ਉਸੇ ਤਰ੍ਹਾਂ ਹੀ ਹੁੰਦੇ ਆ ਲੇਕਿਨ ਹਰਕਤ ਨਹੀਂ ਕਰ ਸਕਦੇਗੇ ਤਾਂ ਉਹ ਕੀਮਤੀ ਜੋਹਰ ਜਿਸ ਦੇ ਨਾਲ ਸਾਡੀ ਇਤਨੀ ਸ਼ਾਨ ਬਣੀ ਹੋਈ ਹੈ ਤੋਂ ਸੰਤੋਸ਼ ਕੀਮਤੀ ਜੋਹਰ ਕਹਿ ਲੋ ਉਸ ਨੂੰ ਸ਼ਬਦ ਕਹਿ ਲੋ ਉਹਦੇ ਨਾਲ ਜੋੜਨ ਵਾਸਤੇ ਆਉਂਦੇ ਹੈ ਕਿ ਪਿਆਰਿਓ ਤੁਸੀਂ ਉਸ ਦੀ ਕਦਰ ਕਰੋ ਸੋ ਇਹ ਹੈ ਗੁਰੂ ਸਾਹਿਬ ਆਪ ਹਰ ਮੰਦਰ ਹਰ ਜੀਓ ਸਾਜਿਆ ਰਹੇ ਮੈਂ ਜੇ ਹਰ ਮੰਦਰ ਦਾ ਜ਼ਿਕਰ ਕਰਦਾ ਹੈ ਉਹ ਪ੍ਰਮਾਤਮਾ ਨੇ ਖੁਦ ਬਣਾਇਆ ਹੋਇਆ ਹੈ ਜੀ हार हार जियो साजया रखया हुक्म सेख लिखया कमावणा ਕਿ ਆ ਕੇ ਕੀ ਕਠਿਨਾਈ ਹੁੰਦੀ ਹੈ ਪਰਮਾਤਮਾ ਨੇ ਸਭ ਕੁਝ ਆਪਣੇ ਹੱਥ ਵਿੱਚ ਰੱਖਿਆ ਹੈ ਇਹ ਪਹਿਲੇ ਦਿਨ ਹੀ ਤੈ ਹੋ ਜਾਂਦਾ ਹੈ ਜਦ ਇਹ ਮਾਂ ਦੇ ਪੇਟ ਵਿੱਚ ਜਾਂਦਾ ਹੈ ਕਿ ਇਸ ਨੂੰ ਗੁਰੂ ਮਿਲੇਗਾ ਜਾਂ ਨਾ ਮਿਲੇਗਾ ਗੁਰੂ ਮਿਲੇਗਾ ਕਿ ਇਤਵਾਰ ਆਏਗਾ ਇਸ ਨੂੰ ਕੀ ਇਹ ਕਮਾਈ ਕਰੇਗਾ ਕੀ ਇਹ ਸੰਗ ਵਿੱਚ ਜਾਏਗਾ ਮਾਰਾ ਸ਼ਾਵਨ ਕਹਿੰਦੇ ਹੁੰਦੇ ਸੀਗੇ ਕਿ ਇਹ ਪਹਿਲਾਂ ਤੋਂ ਹੀ ਪੰਜ-ਛੇ ਚੀਜ਼ਾਂ ਤੈਹ ਹੋ ਜਾਂਦੀਆਂ ਹਨ ਦੁੱਖ ਸੁੱਖ ਗਰੀਬੀ ਅਮੀਰੀ ਬਿਮਾਰੀ ਤੰਦਰੁਸਤੀ ਲੇਕਿਨ ਘਟਨਾ ਵਕਤ ਤੇ ਆ ਕੇ ਘਟਦੀ ਹੈ ਜੀਵ ਨੂੰ ਉਸ ਘਟਨਾ ਦਾ ਗਿਆਨ ਨਹੀਂ ਹੁੰਦਾ ਇਸ ਵਾਸਤੇ ਲਾਚਾਰ ਹੈ ਪਰੇਸ਼ਾਨ ਹੈ ਸੋ ਤੁਰ ਲੇਖ ਲਿਖਿਆ ਸੋ ਖਵਾੜਾ ਕੋਈ ਨਾ ਕਹਿਣ ਲੱਗੇ ਇਹ ਤੁਰ ਦਾ ਲੇਖ ਹੈ ਕਿਹਦਾ ਦਿਲ ਨਹੀਂ ਕਰਦਾ ਕਿ ਮੈਂ ਪ੍ਰਮਾਤਮਾ ਨੂੰ ਨਾ ਮਿਲਾਂ ਜਦ ਮਹਾਤਮਾ ਸਾਥੋਂ ਕੋਈ ਪੈਸਾ ਪਾਈ ਨਹੀਂ ਲੈਂਦੇਗੇ ਸੂਰਜ ਰੋਸ਼ਨੀ ਮੁਫਤ ਦਿੰਦਾ ਹੈ ਪਰਮਾਤਮਾ ਆਪਣਾ ਹਵਾ ਪਾਣੀ ਮੁਫਤ ਦਿੰਦਾ ਹੈ ਤੋਂ ਮਹਾਤਮਾ ਵੀ ਆਪਣੀ ਜੋ ਤਾਲੀਮ ਹੈ ਉਹ ਆ ਕੇ ਮੁਫਤੀ ਵੰਡਦੇ ਹੈ ਉਹਨਾਂ ਦੀ ਕੋਈ ਫੀਸ ਨਹੀਂ ਲਈ ਹੁੰਦੀਗੀ ਮਹਾਤਮਾ ਆਪਣੇ ਤਨ ਵਾਸਤੇ ਸੰਗਤ ਦੀ ਇੱਕ ਕੌਡੀ ਵਰਤ ਕੇ ਵੀ ਖੁਸ਼ ਨਹੀਂ ਹੁੰਦਾਗਾ وہ اپنا گزارا یا کھیتی کرے گا یا دکانداری کرے گا یا نوکری کرے گا یہی اس مہاتما کی پکی نشانی ہوں کسی مہاتما کی ہسٹری پڑھ کے دیکھ لو سب مہاتما نے کسی نے کھیتی روی داس نے جتیاں کٹیاں سو کی مشکل ہے کہ سنت نام تا دے اسی جا کے لے انہیں ہیں نہیں پیارے ہو پھر کلہ ہی گرو نانک یا کبیر آیا ہی کافی سی گا ਤੋ ਸਾਰੀ ਦੁਨੀਆ ਸੱਚਖੰਡ ਵਾਪਸ ਭੰਡਾਰ ਚਲੀ ਜਾਂਦੀ ਨਹੀਂ ਇੱਥੇ ਆ ਕੇ ਫਿਰ ਸਾਡੇ ਕਰਮ ਦੇ ਮੁਤਾਬਕ ਫੈਸਲਾ ਹੈ ਕਿ ਕੀ ਇਸ ਨੂੰ ਕੋਈ ਪ੍ਰਮਾਤਮਾ ਦਾ ਪਿਆਰਾ ਮਿਲੇਗਾ ਤੋ ਆਪ ਕਹਿੰਦੇ ਤੁਰ ਲੇਖ ਲਿਖਿਆ ਨਾ ਮਿਟਹੀ ਉਹ ਜਿਹੜਾ ਲੇਖ ਤੁਰ ਲਿਖਿਆ ਹੋਇਆ ਹੈ ਅਗਰ ਪ੍ਰਮਾਤਮਾ ਅੰਦਰੋ ਚਾਬੀ ਨਾਮ ਰੋੜੇ ਮਹਾਤਮਾ ਘਰੇ ਪੈਦਾ ਹੋ ਜਾਵੇ ਉਹ ਗਮਾਣ ਰਹਿਣ ਲੱਗ ਜਾਵੇ ਸਾਨੂੰ ਯਕੀਨ ਹੀ ਨਹੀਂ ਆਏਗਾ ਗੁਰੂ ਨਾਨਕ ਦੀ ਸ਼੍ਰੀ ਪੜ੍ਹਦੇ ਹੈ ਦੁਨੀਆ ਤਾਂ ਉਹਨਾਂ ਨੂੰ ਪ੍ਰਮਾਤਮਾ ਕਰਕੇ ਪੂਜਦੀ ਸੀ ਤਾਂ ਮਾਤਾ ਪਿਤਾ ਜਿਹੜੇ ਉਹਨਾਂ ਦੇ ਸੀ ਉਹ ਉਹਨਾਂ ਨੂੰ ਸਮਝਾਉਂਦੇ ਹੀ ਰਹੇ ਕਿ ਜੀ ਇਹਨੂੰ ਵਪਾਰ ਵਿੱਚ ਲਾਓ ਇਹ ਕੋਈ ਕਾਰੋਬਾਰ ਕਰੇ ਤੁਸੀਂ ਸੋਚ ਕੇ ਦੇਖ ਲਓ ਜੀ ਉਹ ਸੋਚਦੇ ਕਿ ਇਹ ਤਾਂ ਪ੍ਰਮਾਤਮਾ ਹੈ ਇਹਨੂੰ ਅਸੀਂ ਕੀ ਸਮਝਾਈਏ ਤੋ ਗੁਰੂ ਸਾਹਿਬ ਕਹਿੰਦੇ ਭਾਗ ਹੀਣ ਗੁਰੂ ਨਾ ਮਿਲੇ ਨਿਗਟ ਬੈਠਿਆ ਨਿਤ ਪਾਸ ਅਗਰ ਗਰ ਭਾਗਾ ਵਿੱਚ ਨਾ ਹੋਵੇ ਤੇ ਭਵੇਂ ਰੋਜ਼ ਕੋਲੇ ਆ ਜਾਵੇ ਕੋਲੇ ਰਹਿਣ ਲੱਗ ਜਾਵੇ ਘਰ ਵਿੱਚ ਪੈਦਾ ਹੋ ਜਾਵੇ ਅਤਵਾਰ ਹੀ ਨਹੀਂ ਆਉਂਦਾਗਾ ਜੀ ਤੋਰ ਲੇਕ ਲੇਕੇ ਆਸੋਕ ਮਾਵਣਾ ਕੋਏ ਨਾ ਮੇ ਬਦਚੀਨ ਸੁਖ ਪਾਇਆ ਸੱਚੇ ਨਾਇ ਪਿਆਰ ਆ ਦੁਨੀਆ ਉਹ ਸ਼ਾਂਤੀ ਦਾ ਘਰ ਹੈ ਅਗਰ ਕਿਸੇ ਨੇ ਸ਼ਾਂਤੀ ਪ੍ਰਾਪਤ ਕੀਤੀ ਤਾਂ ਆਪਣੇ ਅੰਦਰ ਵੱੜ ਕੇ ਕੀਤੀ ਸ਼ਬਦ ਨਾਮ ਦੀ ਕਮਾਈ ਨਾਲ ਹੀ ਕੀਤੀ ਹੈ ਜੀ ਸ਼ਬਦ ਚੀਨ ਸੁਖ ਪਾਇਆ ਸੱਚ ਨੇ ਪਿਆਰ ਹਾਰੇ ਮੰਦਰ ਸ਼ਬਦ ਦੇ ਸੋਹਣਾ ਕੰਚਨ ਕੋਟ ਅਪਾਰ ਆ ਪਿਆਰ ਨਾ ਕਹਿੰਦੇ ਹੈ ਜੋ ਬਰਮੰਡੇ ਸੋਈ ਪਿੰਡੇ ਜੋ ਖੋਜੈ ਸੁ ਪਾਵੇ ਇਹ ਸ਼ਰੀਰ ਜਿਹੜਾ ਹੈ ਹੱਡ ਚੰਮ ਮਾਸ ਦਾ ਹੀ ਭਰਿਆ ਹੋਇਆ ਨਹੀਂ ਇਹ ਬੜਾ ਅੰਦਰੋਂ ਖੂਬਸੂਰਤ ਹੈ ਅੱਜ ਮੈਂ ਵਿਦੇਸ਼ੀ ਪ੍ਰੇਮੀਆਂ ਦੇ ਸੰਗ ਵਿੱਚ ਦੱਸਿਆ ਸੀਗਾ ਕਿ ਕਿਹੜੀ ਚੀਜ਼ ਸੋਹਣੀ ਹੈ ਜੋ ਤਾਕਤ ਸੰਤਾ ਅੰਦਰ ਕੰਮ ਕਰਦੀ ਹੈ ਸ਼ਬਦ ਹੈ ਉਹ অতি ਸੋਹਣਾ ਔਰ ਪਿਆਰਾ ਹੈ ਉਸੇ ਸਰੂਪ ਦੇ ਮਹਾਤਮਾ ਮੈਂ ਮੰਗਾਉਂਦੇ ਹਾਂ ਮੇਰੇ ਗੁਰੂ ਦਾ ਕੋਈ ਸਰੂਪ ਦੇਖੇ ਹੋ ਜਾਏ ਹੂਰ ਪਰੰਦਰੀ ਉਸ ਰੂਪ ਦੀ ਮਹਿਮਾ ਕੀਤੀ ਹੈ ਸੋ ਇਸ ਵਾਸਤੇ ਆ ਪਿਆਰ ਨਾ ਕਹਿੰਦੇ ਹਰਮੰਦਰ ਹਰ ਚੱਬ ਦੇ ਸੋਣਾ ਕੰਚਨ ਕੋਟ ਉਪਰ ਆਪ ਕਹਿਣ ਲਗੇ ਅੰਦਰ ਜਾਣੇ ਹਨ ਤੋਂ ਬੜਾ ਹੀ ਖੂਬਸੂਰਤ ਹੈ ਸੋਣਾ ਹੈ ਹਜ਼ਰਤ ਵਾਰੀ ਸ਼ਾ ਨੇ ਵੀ ਕਿਹਾ ਇਸ ਜਿਸਮ ਸਰੀਰ ਦਾ ਸੈਰ ਲਖਾਂ ਰਾਂ ਰਹਿਬਰਾਂ ਬਾਜ ਨਾ ਆਇਆ ਹੀ ਅੰਦਰ ਵੜ ਕੇ ਆਪਣੇ ਆਪ ਦੇਖੀ ਤੈਨੂੰ ਰਾਹ ਤਰੀਕਤ ਸਮਝਾਇਆ ਹੀ ਸ਼ਰੀਅਤ ਵਾਲੇ ਲੋਕਾਂ ਨੂੰ ਇਸ ਦਾ ਗਿਆਨ ਨਹੀਂ ਹੁੰਦਾਗਾ ਤੋ ਕਹਿਣ ਲੱਗਿਆ ਤੂੰ ਅੰਦਰ ਵੱੜ ਕੇ ਦੇਖ ਪਰਮਾਤਮਾ ਨੇ ਕਿੰਨੀ ਖੂਬਸੂਰਤੀ ਰੱਖੀ ਆ ਅੰਦਰਲੇ ਮੰਡਲ ਜਿਹੜੇ ਹੈ ਅਸਥੂਲ ਦੁਨੀਆ ਨਾਲੋਂ ਸੂਖਸ਼ਮ ਦੁਨੀਆ ਸੋਹਣੀ ਹੈ ਪਿਆਰੀ ਹੈ ਅਸੂਖਸ਼ਮ ਨਾਲੋਂ ਕਾਰਨ ਸੋਹਣੀ ਔਰ ਪਿਆਰੀ ਹੈ ਅੰਦਰਲੇ ਇਹ ਦੋ ਉੱਪਰਲੇ ਮੰਡਲਾਂ ਦਾ ਤਾਂ ਜਿੰਨੇ ਸੋਹਣੇ ਹੈ ਪਿਆਰੇ ਹੈ ਉਹ ਤਾਂ ਬਿਆਨ ਵਿੱਚ ਹੀ ਨਹੀਂ ਆਉਂਦੇਗੇ ਜੀ ਹਰ ਮੰਦਰ ਸ਼ਬਦ ਦੇ ਸੋਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਾਗਤ ਹੈ ਗੁਰ ਬਿਨ ਕੋਰ ਅੰਧਾਰ ਆਪਨੇ ਪਹਿਲਾਂ ਤਾਂ ਕਿਹਾ ਕਿ ਇਹ ਸ਼ਰੀਰ ਹਰ ਮੰਦਰ ਹੈ ਜਦ ਅਸੀਂ ਆਪਦੇ ਇਸ ਮੰਦਰ ਅੰਦਰ ਵੜ ਜਾਂਨੇ ਹੈ ਉਸ ਪ੍ਰਮਾਤਮਾ ਨੂੰ ਪ੍ਰਗਟ ਕਰ ਲੈਨੇ ਹੈ ਫਿਰ ਸਾਨੂੰ ਸਾਰੀ ਦੁਨੀਆ ਚ ਕਣ ਕਣ ਦੇ ਅੰਦਰ ਉਹ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਜਿੰਨੇ ਵੀ ਸਾਡੇ ਸਾਹਮਣੇ ਬੈਠੇ ਹੈ ਸਾਰੇ ਉਸ ਪ੍ਰਮਾਤਮਾ ਦੇ ਮੰਦਰ ਹੈ ਕੀ ਪਸ਼ੂ ਹੈ ਕੀ ਪੰਛੀ ਹੈ ਕੀ ਜਿੰਨਾ ਨੂੰ ਇਸ ਤਰ੍ਹਾਂ ਹਰ ਇੱਕ ਹਰ ਮੰਦਰ ਹੀ ਦਿਸਦਾ ਹੈ ਕਿ ਐਸੇ ਲੋਕ ਇਨਸਾਨਾਂ ਨੂੰ ਕਤਲ ਕਰਨਗੇ ਜਾਂ ਭੇਡਾਂ ਬੱਕਰੀਆਂ ਨੂੰ ਮਾਰਨਗੇ ਕਿਸੇ ਦਾ ਮੀਟ ਖਾਣਗੇ ਤੇਰੇ ਜਾਨ ਹਰ ਇੱਕ ਨੂੰ ਪਿਆਰੀ ਹੈ ਸੂਰ ਦੀ ਜੂਨ ਸਾਰਿਆਂ ਨਾਲੋਂ ਖੋਟੀ ਔਰ ਨਖਿੱਧ ਹੈ ਉਸ ਨੂੰ ਵੀ ਜਦੋਂ ਮਾਰਦੇ ਹੈ ਉਹ ਵੀ ਵਿਚਾਰਾ ਕੋਸ਼ਿਸ਼ ਕਰਦਾ ਹੈ ਕਿ ਮੈਂ ਬਚਾਂ ਸੁਇ ਸਵਾਸਤੀਆ ਪਿਆਰ ਨਾਲ ਕਹਿੰਦੇ ਆ ਇਹ ਸਾਰਾ ਜਗਤ ਹੀ ਉਸ ਪਰਮਾਤਮਾ ਦਾ ਹਰਮੰਦਰ ਹੈ ਜੀ ਹਾਰੇ ਮੰਦਰ ਇਹੋ Jagat ਹੈ ਗੁਰ ਬਿਨ ਕੋਰ ਅੰਧਾਰ ਲੇਕਿਨ ਪੂਰਾ ਕੋਈ ਗੁਰੂ ਨਾ ਮਿਲਿਆ ਮਹਾਤਮਾ ਨਾ ਮਿਲਿਆ ਗੁਰੂ ਸਾਹਿਬ ਕਹਿੰਦੇ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੌਰ ਕਰ ਸੋਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਕਹਿਣ ਲੱਗੇ ਗੁਰੂ ਤਾਂ ਬਗੈਰ ਸਮਝੀ ਨਹੀਂ ਆਉਂਦੀ ਕੀ ਸਾਨੂੰ ਪੈਰ ਪੈਰ ਤੇ ਗੁਰੂ ਮਿਲਦੇ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਮਾਤਾ ਪਿਤਾ ਸਾਡੇ ਗੁਰੂ ਹੈ ਜਿਹੜੇ ਸਾਨੂੰ ਮਾਤਾ ਕਿਸ ਤਰ੍ਹਾਂ ਸਾਨੂੰ ਆਪਦੇ ਘਰਾਣੇ ਦੀ ਬੋਲੀ ਸਿਖਾਉਂਦੀ ਹੈ ਬੋਲਣਾ ਦੱਸਦੀ ਹੈ ਪੈਣ ਭਰਾ ਫਿਰ ਸਾਡੇ ਗੁਰੂ ਬਣ ਜਾਂਦੇ ਹੈ ਉਹ ਸਾਨੂੰ ਤੁਰਨ ਦੇ ਵਿੱਚ ਮਦਦ ਦਿੰਦੇ ਹੈ ਸਕੋਲਾ ਕਾਲਜਾਂ ਜਾਣੇ ਹਨ ਸਾਨੂੰ ਕਈ ਟੀਚਰਾਂ ਦੇ ਨਾਲ ਵਾਹ ਪੈਂਦਾ ਹੈ ਪੈਰ ਪੈਰ ਤੇ ਸਾਨੂੰ ਗੁਰੂ ਦੀ ਲੋੜ ਪੈਂਦੀ ਹੈ ਜੇ ਦੁਨੀਆ ਦੇ ਕੰਮਕਾਰ ਵਾਸਤੇ ਦੇਸ਼ ਦੁਨੀਆ ਦੇ ਨੌਲੇਜ ਦੇ ਵਾਸਤੇ ਅਸੀਂ ਪੈਰ ਪੈਰ ਤੇ ਗੁਰੂ ਢੂੰਡਦੇ ਹਾਂ ਗੁਰੂਆਂ ਨਾਲ ਵਾਹ ਪੈਂਦਾ ਹੈ ਰੋਹਾਨੀਅਤ ਦੇ ਮੁਤਲਕ ਸਰੀਰ ਦੇ ਅੰਦਰ ਜਾਣ ਵਾਸਤੇ ਤਾਂ ਅਸੀਂ ਬਿਲਕੁਲ ਹੀ ਬੇਖਬਰ ਹਾਂ ਸਾਨੂੰ ਪਤਾ ਹੀ ਨਹੀਂਗਾ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਅਸੀਂ ਕਹਿੰਦੇ ਹਾਂ ਸਾਨੂੰ ਕਿਸੇ ਗੁਰੂ ਪੀਰ ਦੀ ਲੋੜ ਹੀ ਨਹੀਂ ਤੋ ਕਿਸ ਤਰ੍ਹਾਂ ਅਸੀਂ ਕਾਮਯਾਬ ਹੋ ਸਕਦੇ ਹਾਂ ਕਿਸ ਤਰ੍ਹਾਂ ਪਰਮਾਤਮਾ ਨੂੰ ਪਾ ਸਕਦੇ ਹਾਂ ਜੀ ਹਰੇ ਮੰਦਰ ਏ ਹੋ ਜਾਗਤ ਹੈ ਗੁਰ ਬੇਨੇ ਕੋਰ ਅੰਧਾਰ ਦੂਜਾ ਪਾਓ ਕਰ ਪੂਜ ਦੇ ਮਨ ਮੁਖ ਅੰਧ ਸਿੰਦੇ ਹੈ ਮੂਰਖ ਹੈ ਗਵਾਰ ਹੈ ਸਦਾ ਅਸੀਂ ਇੱਕ ਦੂਸਰੇ ਨਾਲ ਲੜਦੇ ਹਾਂ ਝਗੜਦੇ ਹਾਂ ਹਰ ਆਦਮੀ ਕਹਿੰਦਾ ਜਿਸ ਤਰੀਕੇ ਨਾਲ ਅਸੀਂ ਭਗਤੀ ਕਰਦੇ ਹਾਂ ਇਹੀ ਠੀਕ ਹੈ ਦੂਸਰੇ ਦੀ ਅਸੀਂ ਨਿੰਦਿਆ ਕਰਦੇ ਹਾਂ ਲੜਾਈ ਝਗੜਾ ਕਰਦੇ ਹਾਂ ਜੇ ਅਸੀਂ ਸਾਰੇ ਉਸ ਪ੍ਰਮਾਤਮਾ ਦੇ ਸ਼ਬਦ ਦੀ ਕਮਾਈ ਕਰੀਏ ਨਾਮ ਦੀ ਕਮਾਈ ਕਰੀਏ ਤਾਂ ਸਾਡਾ ਕੀ ਦੇਣਾ ਝਗੜਾ ਹੈ ਭਾਈ ਪ੍ਰਮਾਤਮਾ ਇੱਕ ਹੈ ਉਹਦੇ ਮਿਲਣ ਦਾ ਸਾਧਨ ਔਰ ਜੋ ਤਰੀਕਾ ਉਹ ਵੀ ਇੱਕ ਹੈ ਉਹ ਵੱਖਰੇ ਵੱਖਰੇ ਨਹੀਂ ਉਹ ਈਸ਼ਵਰ ਕਿਰਤ ਹੈ ਪ੍ਰਮਾਤਮਾ ਨੇ ਖੁਦ ਬਣਾਇਆ ਹੈ ਨਾ ਉਸ ਨੂੰ ਕੋਈ ਕਟਾ ਸਕਦਾ ਹੈ ਉਸ ਰਸਤੇ ਨੂੰ ਨਾ ਕੋਈ ਵਧਾ ਸਕਦਾ ਹੈ ਨਾ ਕੋਈ ਉਹਨੂੰ ਕੋਈ ਤਬਦੀਲ ਹੀ ਕਰ ਸਕਦਾ ਹੈ ਉਹ ਉਤਨਾ ਹੀ ਪ੍ਰਾਣਾ ਹੈ ਜਿੰਨਾ ਕਿ ਪ੍ਰਮਾਤਮਾ ਪ੍ਰਾਣਾ ਹੈ ਜੀ ਤੂੰ ਜਾ ਪਾਓ ਕਰ ਪੂਜ ਦੇ ਮਨ ਮੁਕ ਅੰਧ ਸਾਂ ਮੰਗੀਏ ਤੇ ਤੇ ਦੇਹ ਜਾਤ ਨਾ ਜਾਏ ਹੁਣ ਅਸੀਂ ਜਿੰਨਾਂ ਜਾਤੀਆਂ ਪਾਤੀਆਂ ਪਿੱਛੇ ਲੜਦੇ ਫਿਰਦੇ ਹੈ ਤੋ ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਪਿਆਰਿਓ ਪ੍ਰਮਾਤਮਾ ਦੇ ਦਰਬਾਰ ਨਾ ਤੁਹਾਡੀ ਦੇਹ ਜਾਊਗੀ ਨਾ ਤੁਹਾਡੀ ਜਾਤ ਜਾਏਗੀ ਉੱਥੇ ਤਾਂ ਸਾਡੇ ਅਮਲ ਜਾਣਗੇ ਜੋ ਕਰਤੂਤ ਅਸੀਂ ਕਰਦੇ ਹਾਂ ਕੋਈ ਉੱਥੇ ਪ੍ਰਮਾਤਮਾ ਨੇ ਦੇਖਣੀ ਹੈ ਨਾ ਉੱਥੇ ਹਿੰਦੂ ਨੂੰ ਧੱਕੇ ਪਹਿਣੇ ਆ ਨਾ ਉੱਥੇ ਮੁਸਲਮਾਨ ਨੂੰ ਅੱਗੇ ਬੁਲਾਇਆ ਜਾਣਾ ਹੈ ਨਾ ਸਿੱਖ ਨੂੰ ਧੱਕੇ ਪਹਿਣੇ ਆ ਨਾ ਉੱਥੇ ਅਸਾਈ ਦਾ ਹੀ ਆਦਰ ਹੋਣਾ ਹੈ ਉੱਥੇ ਤਾਂ ਪਿਆਰਿਓ ਅਮਲਾਂ ਦੇ ਉੱਤੇ ਨਿਵੇੜੇ ਹੁੰਦੇ ਹੈ ਸੂਰਜ ਹੈ ਅਸਮਾਨ ਦੇ ਉੱਤੇ ਲੱਖਾਂ ਕਿਰਨਾਂ ਜ਼ਮੀਨ ਤੇ ਪੈਂਦੀਆਂ ਹਨ ਜਦ ਕੋਈ ਸੂਰਜ ਦੀ ਜਾਤ ਨਹੀਂ ਕੋਈ ਹਿੰਦੂਆਂ ਨੂੰ ਵੀ ਰੋਸ਼ਨੀ ਦਿੰਦਾ ਹੈ ਗਰਮੀ ਦਿੰਦਾ ਹੈ ਮੁਸਲਮਾਨਾਂ ਨੂੰ ਵੀ ਦਿੰਦਾ ਸਿੱਖਾਂ ਵਸਾਈਆਂ ਨੂੰ ਵੀ ਦਿੰਦਾ ਹੈ ਕੋਈ ਕਿਸੇ ਵੀ ਮੁਲਕ ਦਾ ਕਿਉਂ ਨਾ ਹੋਵੇ ਹਰ ਇੱਕ ਦੇ ਮੁਲਕ ਦੇ ਨੂੰ ਉਹ ਗਰਮੀ ਵੀ ਦਿੰਦਾ ਹੈ ਰੋਸ਼ਨੀ ਵੀ ਦਿੰਦਾ ਹੈ ਇਹ ਨਹੀਂ ਕਿ ਇਹ ਹਿੰਦੂ ਹੈ ਇਸ ਤੋਂ ਰੋਸ਼ਨੀ ਦੂਰ ਕਰਦਾ ਹੈ ਅਗਰ ਸਿੱਖ ਹੈ ਇਸ ਤੇ ਰੋਸ਼ਨੀ ਪਾਉਂਦਾ ਹੈ ਤੁਪ ਦਿੰਦਾ ਹੈ ਨਹੀਂ ਭਈ ਉਹਦਾ ਹਰੇਕ ਨਾਲ ਕੋਈ ਜਾਤੀ ਪਾਤੀ ਦਾ ਮਤਲਬ ਨਹੀਂ ਇਸੇ ਤਰ੍ਹਾਂ ਪ੍ਰਮਾਤਮਾ ਹੈ ਉਹ ਹਰੇਕ ਨਾਲ ਪਿਆਰ ਕਰਦਾ ਹੈ ਤੋ ਕਿਸ ਤਰ੍ਹਾਂ ਸਮਝਾ ਸਕਦੀ ਹੈ ਕਿ ਜਦ ਕੋਈ ਸੂਰਜ ਦੀ ਜਾਤ ਨਹੀਂ ਤੋ ਕਿਰਨ ਦੀ ਕੀ ਜਾਤ ਹੈ ਜਦੋਂ ਪਰਮਾਤਮਾ ਦੀ ਕੋਈ ਜਾਤੀ ਪਾਤੀ ਨਹੀਂਗੀ ਤੋ ਸਾਡੀ ਆਤਮਾ ਦੀ ਕੀ ਜਾਤ ਹੋ ਸਕਦੀ ਹੈ ਗੁਰੂ ਸਾਹਿਬ ਕਹਿੰਦੇ ਜਾਤ ਪਾਤ ਪੁੱਛੇ ਨਾ ਕੋ ਹਰ ਕੋ ਭਜੇ ਸੋ ਹਰ ਕਾ ਹੋ ਉਥੇ ਕੋਈ ਜਾਤ ਪਾਤ ਨਹੀਂ ਪੁੱਛਦਾਗਾ ਕਬੀਰ ਸਾਹਿਬ ਦਾ ਇਥੋਂ ਤੱਕ ਕਹਿੰਦੇ ਹੈ ਡੂਬੋ ਗੇਰੇ ਬਾਪਰੇ ਬਹੁ ਲੋਗਨ ਕੀ ਕਾਨ ਤਬ ਕੁੱਲ ਕਿਸ ਕਾ ਲਾਸੇ ਜਬ ਚੱਕ ਧਰਿਓ ਮਸਾਨ ਪਿਆਰਿਓ ਜਦੋਂ ਕਬਰ ਚ ਦੱਬਿਆ ਏ ਜਾਂ ਅਗਨੀ ਨਾ ਫੂਕ ਦਿੱਤੇ ਉਥੇ ਕੌਣ ਤੁਹਾਡੀ ਜਾਤੀ ਪਾਤੀ ਪੁੱਛੇਗਾ ਕਿਸੇ ਦੀ ਇੱਥੇ ਅੱਗ ਵਿੱਚ ਸੜ ਜਾਣੀ ਹੈ ਕਿਹਦੀ ਮਿੱਟੀ ਦੇ ਵਿੱਚ ਦੱਬੀ ਜਾਣੀ ਹੈ ਇਸ ਵਾਸਤੇ ਆਪ ਕਹਿੰਦੇ ਆ ਪ੍ਰਮਾਤਮਾ ਦੇ ਦਰਬਾਰ ਨਾ ਤੁਹਾਡੀ ਦੇਹ ਜਾਣੀ ਹੈ ਨਾ ਜਾਤ ਜਾਣੀ ਹੈ ਕੀਤੇ ਪਿੱਛੇ ਦਿਨ ਰਾਤ ਅਸੀਂ ਲੜਦੇ ਝਗੜਦੇ ਹਾਂ ਜੀ ਜੀਥੇ ਲੇਖ ਮੰਗੀ ਸ਼ਬਦ ਨਾਮ ਦੀ ਕਮਾਈ ਕਰਦੇ ਹੈ ਉਹਨਾਂ ਦਾ ਉਧਾਰ ਹੋ ਜਾਂਦਾ ਹੈ ਜਿਹੜੇ ਇੱਥੇ ਜਾਤੀ ਪਾਤੀਆਂ ਦੇ ਝਗੜੇ ਝੇੜੇ ਕਰਦੇ ਹੈ ਉਹ ਕਹਿਣ ਲੱਗੇ ਦੁਖੀ ਆਏ ਦੁਖੀ ਚਲੇ ਗਏ ਜੀ ਸਾਚਰਤੇ ਸੀ ਉਬਰੇ ਦੁਖੀ ਦੀ ਮਹਾਰਾਜ ਕਹਿੰਦੇ ਐ ਮੈਂ ਜਿਸ ਮੰਦਰ ਦਾ ਜ਼ਿਕਰ ਕਰਦਾ ਹਾਂ ਇਹਦੇ ਅੰਦਰ ਕੋਈ ਹੋਰ ਮੂਰਤੀ ਨਹੀਂ ਰੱਖੀ ਹੋਈ ਵੀ ਕੋਈ ਪੱਥਰ ਦੀ ਜਾਂ ਤਾਂ ਦੀ ਬਣਾ ਕੇ ਇਹਦੇ ਅੰਦਰ ਤਾਂ ਨਾਮ ਹੈ ਸਾਰੇ ਖਜ਼ਾਨਿਆਂ ਦਾ ਮਾਲਕ ਜਿਹੜਾ ਨਾ ਹਿੰਦੀ 'ਚ ਲਿਖਿਆ ਜਾਂਦਾ ਨਾ ਪੰਜਾਬੀ 'ਚ ਲਿਖਿਆ ਜਾਂਦਾ ਨਾ ਕਿਸੇ ਹੋਰ ਭਾਸ਼ਾ ਵਿੱਚ ਉਹ ਬਿਨਾਂ ਲਿਖਿਆ ਕਾਨੂੰਨ ਹੈ ਬਿਨਾਂ ਬੋਲੀ ਭਾਸ਼ਾ ਹੈ ਜੀ ਹਾਰੇ ਮੰਦਰ ਮੇ ਨਾਮ ਨਿਧਾ ਬੂ ਜੈ ਮੁਗਦ ਗਵਾਰੇ ਘੋਰ ਪਰ ਸ਼ਾਦੀ ਚੀਨੇ ਪਰ ਰਾਖਿਆ ਔਰ ਧਾਰ ਘੋਰ ਕੀ ਬਾਣੀ ਘਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਈ ਸਭ ਤੋਂ ਪਹਿਲਾਂ ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਪੂਰੇ ਗੁਰੂ ਦੀ ਖੋਜ ਗੁਰੂ ਤੋਂ ਨਾਮ ਲੈਣਾ ਉਹਦੀ ਕਮਾਈ ਕਰਨੀ ਗੁਰੂ ਸਾਨੂੰ ਪੜਨ ਪੜਾਉਣ ਵਿੱਚ ਨਹੀਂ ਲਾਉਂਦਾਗਾ ਉਹ ਇਹ ਨਹੀਂ ਕਿ ਚੇਲਾ ਬਣਾ ਕੇ ਕਵੇ ਤੁਸੀਂ ਸਰੋਵਰਾਂ ਤੇ ਇਸ਼ਨਾਨ ਕਰਦੇ ਫਿਰੋ ਤੁਸੀਂ ਹੋਰ ਕਿਸੇ ਪਾਸੇ ਤੁਰੇ ਫਿਰੋ ਉਹ ਸਾਨੂੰ ਸਰੀਰ ਦੇ ਅੰਦਰ ਜਾਣ ਦਾ ਸਾਧਨ ਔਰ ਤਰੀਕਾ ਦੱਸਦਾ ਨੇ ਰਾਤਰੀ ਕਾਇਨੀ ਦੱਸਦਾਗਾ ਉਹ ਪੈਰ ਪੈਰ ਤੇ ਮਦਦ ਵੀ ਕਰਦਾ ਹੈ ਅਗਰ ਉਹ ਮਦਦ ਨਾ ਕਰੇ ਸੀ ਕਿਸ ਤਰ੍ਹਾਂ ਅੰਦਰ ਜਾ ਸਕਦੇ ਹਾਂ ਸੋ ਇਸ ਵਾਸਤੇ ਆਪ ਗੁਰ ਕੀ ਬਾਣੀ ਗੁਰ ਤੇ ਜਾਂਦੀ ਇਹ ਸ਼ਬਦ ਰਤੇ ਰੱਖੋ ਉਹ ਕਿਸ ਦੇ ਨਾਲ ਜੋੜਦਾ ਹੈ ਗੁਰੂ ਨਾਨਕ ਉਸ ਨੂੰ ਕਿਤੇ ਬਾਣੀ ਕਹਿੰਦੇ ਐ ਕਿਤੇ ਇਕਾਥ ਕਥਾ ਕਹਿੰਦੇ ਐ ਕਿਤੇ ਹਰੀ ਕੀਰਤਨ ਕਹਿੰਦੇ ਹੈ ਮੁਸਲਮਾਨ ਫਕੀਰ ਉਸ ਨੂੰ ਕਲਮਾ ਬਾਂਗੇ ਅਸਮਾਨੀ ਕਹਿੰਦੇ ਹੈ ਹਿੰਦੂ ਮਹਾਤਮਾ ਆਕਾਸ਼ ਬਾਣੀ ਜਾਂ ਰਾਮਨਾਮ ਜਾਂ ਰਾਮ ਤੁਨ ਵੀ ਕਹਿੰਦੇ ਹੈ ਸੋ ਇਸ ਵਾਸਤੇ ਆਪ ਕਹਿਣ ਲੱਗੇ ਉਹ ਬਾਣੀ ਨਾ ਹਿੰਦੀ ਚ ਲਿਖੀ ਜਾਵੇ ਨਾ ਪੰਜਾਬੀ ਚ ਲਿਖੀ ਜਾਵੇ ਉਹ ਬਾਣੀ ਤਾਂ ਸਾਰਿਆਂ ਦੇ ਅੰਦਰ ਸਮਾਈ ਹੋਈ ਹੈ ਜਿਸ ਦਾ ਗੁਰੂ ਸਾਹਿਬ ਜ਼ਿਕਰ ਕਰਦੇ ਹੈ ਤਾਂ ਆਪ ਕਹਿਣ ਲੱਗੇ ਨਾ ਉਹ 500 ਸਾਲ ਪੁਰਾਣੀ ਹੈ ਨਾ ਉਹ ਦੋ ਯੁਗ ਪੁਰਾਣੀ ਹੈ ਗੁਰੂ ਸਾਹਿਬ ਕਹਿੰਦੇ ਬਾਣੀ ਵਜੀ ਚੌ ਜੁਗੀ ਤ੍ਰੇਤੇ ਸਤਜੁਗ ਵਿੱਚ ਵੀ ਉਹ ਬਾਣੀ ਸੀ ਤ੍ਰੇਤੇ ਦੁਆਪਰ ਅਜ ਵੀ ਉਹ ਬਾਣੀ ਹੈ ਗਾਹਾਂ ਨੂੰ ਵੀ ਉਸ ਬਾਣੀ ਦੇ ਰਹਿਣਾ ਹੈ ਬਾਣੀ ਵਜੀ ਚੋਂ ਜੁਗੀ ਸੱਚੋ ਸਤ ਸੁਣਾਏ ਉਹ ਸੱਚ ਦਾ ਹੋਕਾ ਦਿੰਦੀ ਹੈ ਨਾਮ ਦਾ ਹੋਕਾ ਦਿੰਦੀ ਹੈ ਤੋਂ ਗੁਰੂ ਸਾਹਿਬ ਕਹਿੰਦੇ ਜਿਸ ਬਾਣੀ ਦਾ ਮੈਂ ਜ਼ਿਕਰ ਕਰਦਾ ਹੈ ਸਤ ਗੁਰੂ ਕੀ ਬਾਣੀ ਸਭ ਮਾਹੇ ਸਮਾਣੀ ਉਹ ਬਾਣੀ ਸਾਰਿਆਂ ਦੇ ਅੰਦਰ ਸਮਾਈ ਹੋਈ ਹੈ ਨਾ ਉਥੇ ਹਿੰਦੂ ਦਾ ਸਵਾਲ ਹੈ ਨਾ ਮੁਸਲਮਾਨ ਦਾ ਸਵਾਲ ਹੈ ਨਾ ਅਮਰੀਕਨ ਦਾ ਸਵਾਲ ਹੈ ਨਾ ਉਥੇ ਕੋਈ ਅਫਰੀਕਨ ਦਾ ਸਵਾਲ ਹੈ ਗੁਰ ਕੀ ਬਾਣੀ ਸਭ ਮਹਿ ਸਮਾਣੀ ਆਪ ਸੁਣੀ ਤੈ ਆਪ ਆਵਖਾਣੀ ਦਿਨ ਰਾਤ ਮਹਾਤਮਾ ਉਸ ਬਾਣੀ ਨੂੰ ਸੁਣਦਾ ਹੈ ਔਰ ਜੋ ਵੀ ਉਹਦੇ ਸੰਪਰਕ ਵਿੱਚ ਆਉਂਦਾ ਹੈ ਉਸੇ ਬਾਣੀ ਨਾਲ ਉਸੇ ਨਾਦ ਨਾਲ ਉਸ ਨੂੰ ਜੋੜਦਾ ਹੈ ਜੀ ਗੁਰ ਕੀ ਬਾਣੀ ਘੁਰ ਤੇ جاتی ਜੇ ਸ਼ਬਦ ਰਤੇ ਰੰਗ ਲਾ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੇ ਨਾਮ ਸਮਾਈ ਉਹੀ ਜਨ ਪਵਿੱਤਰ ਹੈ ਪਿਉਰ ਹੈ ਜੋ ਸ਼ਬਦ ਨਾਮ ਦੀ ਕਮਾਈ ਕਰਦੇ ਹੈ ਜਿੱਥੋਂ ਸਾਨੂੰ ਨਾਮ ਦਾ ਸੌਦਾ ਮਿਲ ਸਕਦਾ ਹੈ ਗੁਰਮੁਖ ਲੋਕ ਇਸ ਦੇਹੀ ਦੇ ਅੰਦਰ ਜਾ ਕੇ ਨਾਮ ਦਾ ਹੀ ਸੌਦਾ ਪ੍ਰਾਪਤ ਕਰਦੇ ਹੈ ਔਰ ਲੈਂਦੇ ਹੈ ਜੀ ਤੇ ਇਸ ਵਿੱਚ ਸੋਦਾ ਇੱਕ ਨਾਮ ਗੁਰਮੁਖ ਲੈਣ ਸਵਾਰ ਆਰੇ ਮਨ ਅੰਦਰ ਦੇ ਅੰਦਰ ਮਨ ਵੀ ਬੈਠਾ ਹੈ ਜਿਸ ਨੂੰ ਲੋਹਾ ਜਾਂ ਮਨੂਰ ਕਰਕੇ ਬਿਆਨ ਕੀਤਾ ਹੈ ਉਸ ਨੇ ਪਤਾ ਨਹੀਂ ਅੰਦਰ ਜਾ ਕੇ ਕਿਸ ਤਰ੍ਹਾਂ ਗੁੰਮਰਾਹ ਕਰ ਦੇਣਾ ਹੈ ਪਰ ਜੇ ਉਸ ਲੋਹੇ ਨੂੰ ਪਾਰਸ ਦੇ ਨਾਲ ਲਾ ਦਈਏ ਤਾਂ ਕੰਚਨ ਬਣ ਜਾਂਦਾ ਹੈ ਅਗਰ ਇਸ ਨੂੰ ਸ਼ਬਦ ਨਾਮ ਦਾ ਰਸ ਦਿੱਤਾ ਜਾਵੇ ਤਾਂ ਮਨ ਜਿਹੜਾ ਸਾਨੂੰ ਗੁੰਮਰਾਹ ਕਰਦਾ ਹੈ ਕਰਾਹੇ ਪਉਂਦਾ ਹੈ ਇਹ ਮਨ ਵੀ ਮਦਦ ਕਰਦਾ ਹੈ ਮਿੱਤਰ ਬਣ ਜਾਂਦਾ ਹੈ ਜੀ ਪਾਰਸ ਪੇਟੀਏ ਕੰਚਨ ਪਿਆ ਕੀਮਤ ਕਹੀ ਨਾ ਜਾਏ ਆਰੇ ਮਨ ਪਿਆਰ ਨਾ ਕਹਿੰਦੇ ਆ ਮੈਂ ਜਿਸ ਸਮੁੰਦਰ ਦੀ ਜ਼ਿਕਰ ਕਰਦਾ ਹਾਂ ਇਹਦੇ ਵਿੱਚ ਪ੍ਰਮਾਤਮਾ ਖੁਦ ਵਸਦਾ ਹੈ। ਮਹਾਤਮਾ ਇਹ ਨਹੀਂ ਕਹਿੰਦੇ ਕਿ ਪ੍ਰਮਾਤਮਾ ਸਾਡੇ ਅੰਦਰ ਹੀ ਹੈ ਉਹ ਕਹਿੰਦੇ ਸਾਰਿਆਂ ਦੇ ਅੰਦਰ ਹੀ ਪ੍ਰਮਾਤਮਾ ਵਸਦਾ ਹੈ। ਧਰਤੀ ਅੰਦਰ ਸਾਰੇ ਹੀ ਪਾਣੀ ਹੈ ਕਿਤੇ 100 ਫੁੱਟ ਹੈ ਕਿਤੇ 50 ਫੁੱਟ ਹੈ ਕਿਤੇ ਇਸ ਤੇ ਵੀ ਕਮ ਜ਼ਿਆਦਾ ਹੈ ਲੇਕਿਨ ਪਿਆਸ ਕਿਹਨਾਂ ਦੀ बुझਦੀ ਹੈ ਜੋ ਨਲ ਵਗੈਰਾ ਲਾ ਲੈਂਦੇ ਆ ਕੂਹਾਂ ਖੋਦ ਲੈਂਦੇ ਆ ਉਹਨਾਂ ਦੀ ਪਿਆਸ ਬੁਝ ਜਾਂਦੀ ਹੈ। ਤੋਂ ਮਹਾਤਮਾ ਨੇ ਉਸ ਪ੍ਰਮਾਤਮਾ ਨੂੰ ਪ੍ਰਗਟ ਕਰ ਲਿਆ। ਆਪਦੇ ਉਤੇ ਮਿਹਰਬਾਨ ਕਰ ਲਿਆ ਅਸੀਂ ਉਸ ਨੂੰ ਅਜੇ ਪ੍ਰਗਟ ਨਹੀਂ ਕਰਿਆ ਕੋਸ਼ਿਸ਼ ਚ ਲੱਗੇ ਹੋਏ ਹੈ ਜੀ ਹਰ ਮੰਦਰ ਮੈਂ ਹਰ ਵਸੇ ਸਰਬ ਨਿਰੰਤਰ ਸੋਈ ਨਾਨਕ ਗੁਰਮੁਖ ਵਣਜੀ ਜੀ ਮਹਾਰਾਜ ਨੇ ਛੋਟੇ ਸ਼ਬਦ ਦੇ ਵਿੱਚ ਬੜੇ ਪਿਆਰ ਨਾਲ ਸਮਝਾ ਦਿੱਤਾ ਹੈ ਸਮਝਾ ਦਿੱਤਾ ਹੈ ਕਿ ਗੁਰਮੁਖ ਲੋਕ ਸ਼ਰੀਰ ਦੇ ਅੰਦਰ ਇਹ ਸੱਚਾ ਵਣਜ ਕਰਦੇ ਹੈ ਨਾਮ ਦਾ ਵਣਜ ਕਰਦੇ ਹੈ ਇਹ ਹੀ ਸੱਚਾ ਸੌਦਾ ਹੈ ਕਿ ਆਪਣੇ ਫੈਲੇ ਖਿਆਲ ਨੂੰ ਨੌਦਾਰਾਂ ਜੋ ਕੱਢ ਕੇ ਅੱਖਾਂ ਦੇ ਪਿੱਛੇ ਤੁਸੀਂ ਆਓ ਇੱਥੇ ਤੁਹਾਨੂੰ ਸੱਚਾ ਸੌਦਾ ਮਿਲੇਗਾ ਇਹ ਜੋ ਥੱਲੇ ਥੱਲੇ ਇੰਦਰੀਆਂ ਦੇ ਭੋਗ ਹੈ ਇਹ ਵਿਸ਼ੇ ਬਕਾਰਾਂ ਦੀਆਂ ਲਜਤਾ ਹਨ ਤੋ ਸਾਨੂੰ ਵੀ ਚਾਹੀਦਾ ਜੋ ਕੁਛ ਗੁਰੂ ਅਮਰਦੇਵ ਜੀ ਮਹਾਰਾਜ ਨੇ ਕਿਹਾ ਹੈ ਇਸ ਨੂੰ ਅਸੀਂ ਪਿਆਰ ਨਾਲ ਸ਼ਬਦ ਨਾਮ ਦੀ ਕਮਾਈ ਕਰੀਏ ਔਰ ਸਰੀਰ ਜਿੰਨਾ ਪਵਿੱਤਰ ਕਰਾਂਗੇ ਉਹਨਾ ਮਨ ਪਵਿੱਤਰ ਹੋਏਗਾ ਜਿੰਨਾ ਮਨ ਪਵਿੱਤਰ ਰੱਖਾਂਗੇ ਉਹਨੇ ਖਿਆਲ ਪਵਿੱਤਰ ਹੋਣਗੇ ਜਿੰਨੇ ਵੀ ਖਿਆਲ ਸਾਡੇ ਜਾਦੇ ਪਵਿੱਤਰ ਹੋਣਗੇ ਉਹਨਾ ਜਾਦੇ ਅਸੀਂ ਸੁਰਤ ਸ਼ਬਦ ਦੀ ਕਮਾਈ ਕਰਾਂਗੇ ਔਰ ਉਹਨੇ ਸਾਡੀ ਆਤਮਾ ਪਵਿੱਤਰ ਹੋਏਗੀ ਤੋ ਆਤਮਾ ਦਾ ਜਿਹੜਾ ਸ਼ੀਸ਼ਾ ਹੈ ਸਿਮਰਨ ਦੇ ਜਰੀਏ ਇਹ ਸਾਫ਼ ਹੋ ਜਾਂਦਾ ਹੈ। ਸੋ ਮਹਾਤਮਾ ਪਿਆਰ ਨਾਲ ਸਾਨੂੰ ਦੱਸਦੇ ਆ ਸਾਨੂੰ ਚੱਲਦੇ ਫਿਰਦੇ ਉੱਠਦੇ ਬੈਠਦੇ ਸਿਮਰਨ ਤੇ ਜ਼ੋਰ ਦੇਣਾ ਚਾਹੀਦਾ ਹੈ। ਸਿਮਰਨ ਕਰਨ ਤੇ ਕਿਹੜਾ ਮੁੱਲ ਲੱਗਦਾ ਕੋਈ ਜਿਵੇਂ ਬੱਚੇ 1 2 3 4 ਧਰਾਉਂਦੇ ਰਹਿੰਦੇ ਹੈ ਇਸੇ ਤਰ੍ਹਾਂ ਕੰਮ ਜਿਹੜਾ ਹੈ ਉਹ ਅਸੀਂ ਹੱਥਾਂ ਨਾਲ ਕਰਨਾ ਹੈ, ਪੈਰਾਂ ਨਾਲ ਤੁਰਨਾ ਹੈ। ਸਿਮਰਨ ਅਸੀਂ ਗੱਡੀ ਦੇ ਵਿੱਚ ਬੈਠਿਆਂ, ਹਵਾਈ ਜਹਾਜ਼ ਵਿੱਚ ਸਫ਼ਰ ਕਰਦੇ ਆਂ, ਕਰਦੇ ਕਾਰੋਬਾਰ ਕਰਦੇ ਆਂ। ਅਸੀਂ ਬੜਾ ਆਸਾਨੀ ਨਾਲ ਕਰ ਸਕਦੇ ਹਾਂ ਸੋ ਸਿਮਰਨ ਜਿਹੜਾ ਹੈ ਇਹ ਸਾਡਾ ਇਤਨਾ ਜਵਾਨ ਤੇ ਚੜ ਜਾਣਾ ਚਾਹੀਦਾ ਹੈ ਕਿ ਅਗਰ ਸੁਪਨੇ ਦੇ ਵਿੱਚ ਬੜਾਈਏ ਤਾਂ ਵੀ ਸਿਮਰਣੀ ਮੂ ਦੇ ਵਿੱਚੋਂ ਨਿਕਲੇ ਹੁਣ ਕੀ ਕਬੀਰ ਸਾਹਿਬ ਨੇ ਕਿਹਾ ਹੈ ਸੁਪਨੇ ਹੂੰ ਬੜਾਈ ਕੇ ਜੈ ਮੁਖ ਨਕਸੇ ਰਾਮ ਤਾਂ ਕਿ ਪੱਕੀ ਪਨ ਹੀ ਮੇਰੇ ਤਨ ਕੋ ਚਾਮ ਅਗਰ ਕਿਸੇ ਦੇ ਸੁਪਨੇ ਦੇ ਅੰਦਰ ਬੜਾ ਕੇ ਵੀ ਸਿਮਰਨ ਮੂ ਚੋਂ ਨਿਕਲਦਾ ਹੈ ਤਾਂ ਮੇਰੇ ਤਨ ਦੀਆਂ ਮੈਂ ਜੁੱਤੀਆਂ ਬਣਾ ਕੇ ਵੀ ਦੇਣ ਵਾਸਤੇ ਤਿਆਰ ਹਾਂ ਤੋ ਸਿਮਰਨ ਦੀ ਕਦਰ ਮਹਾਤਮਾ ਨੂੰ ਹੈ ਸਾਨੂੰ ਵੀ ਸਿਮਰਨ ਦੀ ਕਦਰ ਕਰਨੀ ਚਾਹੀਦੀ ਹੈ ਜੀ ਸਾਰੇ ਮੰਦਰ ਮੇਂ ਹਾਰੇ ਵਸ